94.3 ਮਾਈ ਐਫਐਮ ਦੇ ਵੱਲੋਂ ਮੈਂ ਜੀ ਆਰ ਜੇ ਜੱਸੀ। ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਆਪਾਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ। ਹਰ ਸ਼ਖਸ ਦੇ ਹੁਨਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ। ਅੱਜ ਇੱਕ ਐਸੇ ਹੁਨਰ ਬਾਰੇ ਗੱਲ ਕਰਨ ਲੱਗੇ, ਇਹਨਾਂ ਨਾਲ ਮੇਰੀ ਜਦੋਂ ਪਹਿਲਾਂ ਮੁਲਾਕਾਤ ਹੋਈ ਸੀਗੀ ਬਹੁਤ ਸਾਰੀਆਂ ਗੱਲਾਂ ਜਾਣਨ ਨੂੰ ਮਿਲੀਆਂ, ਔਰ ਅੱਜ ਇਹਨਾਂ ਲਈ ਮੈਂ ਉਹ ਅਲਫਾਜ਼ ਯੂਜ਼ ਕਰਨੇ ਆ। ਪੰਜਾਬੀ ਸਿਨੇਮਾ ਜਗਤ ਦੇ ਬਾਈ ਰਾਣਾ ਰਣਬੀਰ ਨੇ, ਉਹਨਾਂ ਨੇ ਇੱਕ ਬੜੀ ਪਿਆਰੀ ਲਾਈਨ ਲਿਖੀ ਹੈ, ਅੱਜ ਢੁੱਕਦੀ ਪਈ ਹੈ ਇਹਨਾਂ 'ਤੇ। ਉਹ ਬਾਈ ਲਿਖਦੇ ਆ ਕਿ ਸ਼ੀਸ਼ੇ ਸਭ ਦੇ ਤਿੜਕਦੇ ਨੇ, ਸ਼ੀਸ਼ੇ ਸਭ ਦੇ ਤਿੜਕਦੇ ਨੇ, ਸ਼ੀਸ਼ਿਆਂ ਦਾ ਤਿੜਕਣਾ ਜ਼ਰੂਰੀ ਵੀ ਹੈ। ਮਤਲਬ ਪ੍ਰੋਬਲਮਸ ਹਰੇਕ ਨੂੰ ਆਉਂਦੀਆਂ ਨੇ, ਆਉਣਾ ਜ਼ਰੂਰੀ ਵੀ ਹੈ। ਸ਼ੀਸ਼ੇ ਸਭ ਦੇ ਤਿੜਕਦੇ ਨੇ, ਸ਼ੀਸ਼ਿਆਂ ਦਾ ਤਿੜਕਣਾ ਜ਼ਰੂਰੀ ਵੀ ਹੈ, ਪਰ ਤਿੜਕੇ ਸ਼ੀਸ਼ੇ ਨੂੰ ਵਰਤਿਆ ਕਿਵੇਂ ਜਾਵੇ ਇਹ ਤੈਅ ਕਰਦਾ ਤੁਹਾਡੇ ਅਗਲੇ ਸਫ਼ਰ ਨੂੰ। ਅਤੇ ਇਹੋ ਜਿਹੇ ਔਖੇ ਦੌਰ 'ਚੋਂ ਵੀ ਪਰਾਗ ਗੁਜ਼ਰਿਆ ਹੈ। ਅੱਜ ਉਹਦੇ ਹੁਨਰ ਨੂੰ ਹਰ ਕੋਈ ਜਾਣਦਾ ਹੈ, ਪਰ ਜਿਸ ਔਖੇ ਦੌਰ 'ਚੋਂ, ਜਿਸ ਰਗੜਾਂ ਦੇ ਦੌਰ 'ਚੋਂ ਉਹ ਗੁਜ਼ਰਿਆ ਹੈ, ਅੱਜ ਆਪਾਂ ਉਸਦੀ ਮਿਹਨਤ ਨੂੰ, ਉਹਦੀ ਲਗਨ ਨੂੰ, ਉਹਦੇ ਜਨੂੰਨ ਨੂੰ ਮਾਣ ਰਹੇ ਹਾਂ। ਵੈਲਕਮ ਕਰਦੇ ਹਾਂ ਜੀ ਆਪਣੇ ਨਾਲ ਜੀ ਵੀ ਪਰਾਗ ਆਪਣੇ ਨਵੇਂ ਗਾਣੇ ਦੇ ਨਾਲ। ਮੇਰਾ ਦਿਲ ਮੈਥੋਂ ਇੰਨਾ ਬਾਹਰ ਨਹੀਂ ਹੋ ਸਕਦਾ, ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨਹੀਂ ਹੋ ਸਕਦਾ। ਮੇਰਾ ਹੱਕ ਨਹੀਂ ਕੋਈ ਤੇਰੇ 'ਤੇ ਪਹਿਲਾਂ ਹੀ ਕਿਸੇ ਹੋਰ ਦਾ, ਬਦੂਆ ਨਹੀਂ ਲੈਣੀ ਉਹਦੀ ਜਿਹਦਾ ਦਿਲ ਤੋੜਦਾ। ਜੇ ਬਣ ਨਹੀਂ ਸਕਦੀ ਫਾਇਦਾ ਉਹਦੀ ਹਾਨੀ ਨਹੀਂ ਬਣਨਾ। ਮੈਂ ਤੋਬਾ ਤੋਬਾ ਮੈਂ ਤੇਰੀ ਮਸਤਾਨੀ ਨਹੀਂ ਬਣਨਾ। ਆਏ ਹਾਏ ਹਾਏ ਓਏ ਭਾਜੀ, ਇਹੀ ਉਮੀਦਾਂ ਸੀ, ਕਿਉਂਕਿ ਤੁਹਾਡੇ ਮਨ ਭਰਿਆ ਗਾਣੇ ਤੋਂ ਬਾਅਦ, ਬੇਵਫਾਈ ਗਾਣੇ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੈਸ਼ਰ। ਉਮੀਦਾਂ ਸਾਨੂੰ ਸੀ ਕਿ ਤੁਹਾਨੂੰ ਪ੍ਰੈਸ਼ਰ ਸੀ ਉਹਨਾਂ ਸਰ ਬਹੁਤ ਜ਼ਿਆਦਾ, ਔਰ ਮੈਂ ਗਾਣਾ ਆਉਣ ਤੋਂ ਪਹਿਲਾਂ 12 ਵਜੇ ਆਡੀਓ ਇਹਦਾ ਆਈਟਿਊਨਸ 'ਤੇ ਆਇਆ ਸੀਗਾ, ਔਰ ਉਹ ਇੱਦਾਂ ਹੋ ਗਿਆ ਕਿ 12 ਵਜੇ ਪੂਰਾ ਆਡੀਓ ਆ ਜਾਣਾ, ਔਰ 12 ਵਜੇ ਆਡੀਓ ਆਇਆ ਨਹੀਂ, ਉਹਨਾਂ ਕੋਈ ਟੈਕਨੀਕਲ ਪ੍ਰੋਬਲਮ ਆ ਗਈ, ਉਹ ਆਇਆ ਕੁਛ 1:15 ਦੇ ਕਰੀਬ। ਹਾਂ ਸਰ, ਬਸ ਮੈਂ ਮੈਸੇਜਸ ਦੀ ਵੇਟ ਕਰ ਰਿਹਾ ਸੀਗਾ ਕਿ ਹੁਣ ਆਉਣਗੇ ਹੁਣ ਆਉਣਗੇ, ਫਿਰ ਜਦ ਮੈਸੇਜਸ ਆਉਣੇ ਸਟਾਰਟ ਹੋਏ, ਔਰ ਫਿਰ ਚਲੋ ਉਸ ਟਾਈਮ 'ਤੇ ਚਲੋ ਆਈਟਿਊਨਸ, ਕਈਆਂ ਕੋਲ ਆਈਟਿਊਨਸ ਨਹੀਂ ਹੁੰਦਾ, ਸੋ ਜਦ ਸਵੇਰ ਹੋਈ ਅਤੇ ਜਦ ਮੈਂ ਆਪਣਾ ਫੋਨ ਖੋਲਿਆ ਅਤੇ ਫਿਰ ਮੈਸੇਜਸ, ਤੁਸੀਂ ਮੈਂ ਤੁਹਾਨੂੰ ਦਿਖਾ ਵੀ ਸਕਦਾ, ਮੇਰੇ ਕੋਲ ਸਾਰੇ ਸਕਰੀਨਸ਼ੋਟ ਪਏ ਨੇ ਕਿ ਲੋਕ ਇੰਨਾ ਟਾਈਮ ਕੱਢ ਕੇ ਸਰ, ਇੰਨੇ ਇੰਨੇ ਮੈਸੇਜ ਹੋਏ ਹੋਏ, ਠੀਕ ਹੈ, ਔਰ ਇੰਨਾ ਕੁ ਜ਼ਿਆਦਾ ਪਿਆਰ। ਮੈਂ ਕਿਹਾ ਯਾਰ ਇਹ ਗਾਣਾ ਨਾ ਨਿਕਲ ਗਿਆ ਵਾ, ਔਰ ਜੋ ਕਿ ਮੈਨੂੰ ਡਰ ਸੀਗਾ ਬਹੁਤ ਜ਼ਿਆਦਾ ਕਿ ਹੁਣ ਆਹ ਗਾਣਾ ਨਾ ਮਨ ਭਰਿਆ, ਮਤਲਬ ਮਨ ਭਰਿਆ ਦਾ ਲੈਵਲ ਕੁਛ ਹੈਗਾ, ਠੀਕ ਹੈ ਨਾ, ਸੋ ਮੈਂ ਕਿਹਾ ਵੀ ਉਹਦੇ ਨਾਲ ਜਾ ਕੇ ਖੜ ਜੇ, ਯੈਸ, ਠੀਕ ਹੈ ਨਾ, ਸੋ ਇਹ ਕਿਤੇ ਨਾ ਕਿਤੇ ਉੱਥੇ ਹੁਣ ਖੜ ਰਿਹਾ, ਲੋਕ ਉਹਨੂੰ ਲੈ ਕੇ ਜਾ ਰਹੇ ਨੇ, ਮੈਂ ਹੁਣ ਪੂਰਾ ਉਹ ਹੋ ਗਿਆ ਵੀ ਯਾਰ ਹਾਂ ਹੁਣ ਅਸੀਂ ਕੁਛ ਕੀਤਾ। ਵਾਕੇ ਵਾਕੇ ਅੱਛਾ ਬੀ ਪਰਾਗ ਭਾਜੀ, ਜਦੋਂ ਪਹਿਲੀ ਵਾਰੀ ਸਾਨੂੰ ਜਦੋਂ ਤੁਸੀਂ ਟੀਜ਼ਰ ਦਿੱਤਾ ਸੀਗਾ ਕਿ ਮਸਤਾਨੀ ਗਾਣਾ ਆ ਰਿਹਾ, ਇਹ ਤਰੀਕੇ ਨੂੰ ਸਾਡਾ ਇਹ ਗਾਣਾ ਆ ਜਾਣਾ, ਦੇਖੋ ਕੀ ਇਹ ਤੁਹਾਨੂੰ ਉੱਦਾਂ ਹੀ ਫੀਲ ਹੁੰਦਾ ਕਿ ਯਾਰ ਮੈਂ ਮਸਤਾਨੀ ਟਾਈਟਲ ਰੱਖਣਾ? ਜਦੋਂ ਯੂਟਿਊਬ ਦੇ ਉੱਤੇ ਕੋਈ ਮਸਤਾਨੀ ਲਿਖੇ ਤਾਂ ਸਭ ਤੋਂ ਪਹਿਲਾਂ ਮਸਤਾਨੀ ਹੀ ਆਵੇ, ਔਰ ਨਾਲ ਬਾਲੀਵੁੱਡ ਦਾ ਕੋਈ ਹੋਰ ਉਸ ਨਾਮ ਦਾ ਗਾਣਾ ਨਾ ਆਵੇ, ਕੀ ਟਾਈਟਲ ਨੂੰ ਲੈ ਕੇ ਵੀ ਦਿਮਾਗ 'ਚ ਇਹ ਚੀਜ਼? ਬਿਲਕੁਲ ਹੁੰਦੀ ਹੈ, ਬਿਲਕੁਲ ਹੁੰਦੀ ਹੈ ਸਰ, ਇਹਨੂੰ ਅਸੀਂ ਹੁਣ ਦੇਖੋ ਮਸਤਾਨੀ ਇਹਦੇ ਸਪੈਲਿੰਗ ਹੀ ਜਿਹੜੇ ਅਸੀਂ ਰੱਖੇ ਹੋਏ ਨੇ। ਹਾਂ ਡਬਲ ਆ ਰਿਹਾ ਉਹਦੇ 'ਚ ਨਾ, MSSTAAN। ਯੈਸ, ਹਾਂ, ਸੋ ਇਸ ਕਰਕੇ ਕਿ ਕਿਸੇ ਨੂੰ ਸਰਚ ਕਰਦੇ, ਔਰ ਅਗਰ ਤੁਸੀਂ ਕੋਈ ਵੀ ਛੋਟਾ ਵੀ ਲਿਖੋ, ਟੈਗਸ ਪਾਉਣੇ ਹੁੰਦੇ ਉਹ ਆਪਾਂ ਪਾ ਦਿੰਦੇ ਕਿ ਅਗਰ ਛੋਟਾ ਵੀ ਕੋਈ ਵਰਡ ਲਿਖੋਗੇ ਤਾਂ ਉਹ ਆ ਜਾਏਗਾ। ਯੈਸ, ਔਰ ਨਹੀਂ ਤਾਂ ਵੈਸੇ ਅਗਰ ਤੁਸੀਂ ਸਿੰਪਲ ਵੀ ਰੱਖਦੇ, ਛੋਟਾ ਵਰਡ ਵੀ ਰੱਖਦੇ, ਤਾਂ ਮੈਨੂੰ ਲੱਗਦਾ ਸਿਰਫ ਸ਼ੱਕ ਇਹ ਸੀਗਾ ਕਿ ਦੀਵਾਨੀ ਮਸਤਾਨੀ ਗਾਣਾ ਨਾ ਆ ਜਾਵੇ ਬਾਲੀਵੁੱਡ ਦਾ ਉਹ ਗਾਣਾ, ਹੈ ਨਾ, ਪਰ ਉਹ ਮਿਲਾ ਤਾਂ ਨਹੀਂ ਆ ਸਕਦਾ, ਉਹ ਦੀਵਾਨੀ ਤੋਂ ਸ਼ੁਰੂ ਹੁੰਦਾ ਹੈ ਨਾ। ਕੀ ਪਹਿਲਾਂ ਇਹ ਵੀ ਸੀਗਾ ਕਿ ਤੁਹਾਨੂੰ ਇਹਦਾ ਨਾਮ ਆਪਾਂ ਦੀਵਾਨੀ ਵੀ ਰੱਖ ਸਕਦੇ ਹਾਂ, ਦੀਵਾਨੀ ਮਸਤਾਨੀ, ਜਾਂ ਤੁਹਾਨੂੰ ਸ਼ੁਰੂ ਤੋਂ ਮਸਤਾਨੀ? ਨਹੀਂ ਨਹੀਂ, ਸ਼ੁਰੂ ਤੋਂ ਮਸਤਾਨੀ ਸੀਗਾ, ਹਾਂ, ਕਿਉਂਕਿ ਇਹ ਗੱਲ ਜਦ ਲਿਖੀ ਭਾਜੀ ਨੇ ਤਾਂ ਸਿਰਫ ਪਿਆਨੋ ਕੋਰਡ ਚੱਲ ਰਹੇ ਸੀ, ਕਿਉਂਕਿ ਭਾਈ ਨੇ ਕੰਪੋਜੀਸ਼ਨ ਇਹਦੀ ਕੀਤੀ ਜਾਨੀ ਭਾਈ ਨੇ, ਅਤੇ ਉਹ ਨਾਲ ਦੀ ਨਾਲ ਹੀ ਉਹਨਾਂ ਨੇ ਮਸਤਾਨੀ ਵਰਡ, ਬਸ ਜਦੋਂ ਉਹਨਾਂ ਨੇ ਇਹ ਵਰਡ ਯੂਜ਼ ਕੀਤਾ ਨਾ, ਮੈਂ ਕਿਹਾ ਭਾਈ ਯਾਰ ਇਹ ਗੱਲਬਾਤ ਹੈ ਕੁਛ ਗਾਣੇ 'ਚ।
ਵੈਰੀ ਗੁੱਡ। ਮਨਭਰਿਆ ਤੋਂ ਬਾਅਦ ਹੀ ਬਣਾਇਆ ਸੀ ਅਸੀਂ। ਅੱਛਾ ਹਾਂ, ਸੋ ਆਪਾਂ ਲੇਟ ਰਿਲੀਜ਼ ਕੀਤਾ। ਉਦੋਂ ਦਾ ਸੀ ਇਹ? ਹਾਂ, ਮਨਭਰਿਆ ਰਿਲੀਜ਼ ਹੋ ਗਿਆ। ਹਾਂ, ਵੀ ਹੁਣ ਇਸ ਤੋਂ ਬਾਅਦ ਕੀ ਕਰਨਾ। ਹਾਂ, ਹੈ ਨਾ, ਫਿਰ ਅਸੀਂ ਬਣਾ ਲਿਆ ਸੀਗਾ ਇਹ, ਬਟ ਰਿਲੀਜ਼ ਨਹੀਂ ਕੀਤਾ, ਫਿਰ ਰਿਲੀਜ਼ ਹੁਣ ਕੀਤਾ। ਅੱਛਾ, ਇੱਕ ਵਾਰੀ ਨਾ ਜਦੋਂ ਸੁੱਖੀ ਭਾਅ ਜੀ ਨਾਲ ਮੇਰੀ ਗੱਲ ਹੋਈ ਸੀਗੀ ਮਿਊਜ਼ਿਕ ਡਾਕਟਰ ਨਾਲ, ਅਤੇ ਇੱਕ ਹੋਰ ਸੀ ਕਿਹੜੇ ਸ਼ਖਸ, ਹਾਂ ਉਹ ਹਾਡੀ ਹਾਡੀ, ਇਹਨਾਂ ਦੋਨਾਂ ਨੇ ਇੱਕ ਗੱਲ ਕਹੀ ਜਾਨੀ ਲਈ ਕਿ ਇਹ, ਇਹਨਾਂ ਨੇ ਜਾਨੀ ਲਈ, ਜਾਨੀ ਨੇ ਇਹਨਾਂ ਲਈ ਇਹ ਗੱਲ ਕਹੀ ਕਿ ਇਹ ਦੋਨੋਂ ਮੈਨੂੰ ਇੰਨੀ ਕਾਲ ਕਰਦੇ ਆ ਹਾਰਡੀ ਸੁੱਕੀ, ਮੇਰੀ ਜਾਨ ਲੈਣੀ ਕਰ ਦਿੰਦੇ ਆ ਕਿ ਯਾਰ ਆਹ ਵਾਲਾ ਗਾਣਾ ਕਿਤੇ ਹੋਰ ਨਹੀਂ ਜਾਣਾ ਚਾਹੀਦਾ। ਕਿ ਬੀ ਪਰਾਗ ਨੂੰ ਵੀ ਲੱਗਦਾ ਹੁੰਦਾ ਯਾਰ, ਜਿਹੜਾ ਗਾਣਾ ਬੀ ਪਰਾਗ ਨੇ ਸੁਣ ਲਿਆ, ਬੀ ਪਰਾਗ ਦੇ ਦਿਲ 'ਚ ਬੈਠ ਗਿਆ, ਜਾਨੀ ਇਹ ਗਾਣਾ ਪਰਸ ਨੂੰ ਸਾਈਡ 'ਤੇ ਰੱਖ ਦੇ, ਇਹ ਡੈਰੀ 'ਚ ਬੰਦ ਰੱਖ ਦੇ, ਖੋਲ੍ਹਣਾ ਤਾਂ ਇਹ ਆਪਣੇ ਲਈ ਖੋਲ੍ਹਣਾ। ਨਹੀਂ ਇੱਦਾਂ, ਜ਼ਿਆਦਾਤਰ ਹੋਏ, ਦੇਖੋ ਮੈਂ ਤੁਹਾਨੂੰ ਦੱਸਦਾ ਇਹ ਕਿਹਦੇ ਵਾਸਤੇ ਹੋਇਆ, ਇਹ ਮਨ ਭਰਿਆ ਲਈ। ਅੱਛਾ, ਕਿ ਭਾਈ ਆਹ ਗਾਣਾ ਤਾਂ ਮੈਂ ਹੀ ਕਰਨਾ, ਔਰ ਉਹ ਸਾਰੀ ਐਗਰੀ ਸੀਗੇ। ਅੱਛਾ, ਕਿ ਇਹ ਗਾਣਾ ਆਪਾਂ ਹੀ ਕਰਨਾ ਮਸਤਾਨੀ ਵੀ, ਅਤੇ ਹੁਣ ਇੱਕ ਬੀਟ ਸੌਂਗ ਅਸੀਂ ਜਿਹੜਾ ਹੁਣ ਨੈਕਸਟ ਕਰਨਾ ਹੁਣ ਇਸ ਤੋਂ ਬਾਅਦ, ਉਹਦੇ ਲਈ ਸੀਗਾ ਉਹ ਪਹਿਲਾਂ ਕਿਸੇ ਹੋਰ ਨੂੰ, ਬਟ ਉਹ ਮੈਂ ਕਿਹਾ ਯਾਰ ਭਾਜੀ ਇੱਥੇ ਮੈਂ ਥੋੜ੍ਹਾ ਜਿਹਾ ਉਹ ਕਰ ਗਿਆ, ਮੈਂ ਕਿਹਾ ਨਹੀਂ ਯਾਰ ਭਾਈ ਰੱਖ ਲਓ ਇਹ ਗਾਣਾ ਕਹਿਣ। ਬਾਕੀ ਆਪਾਂ ਜ਼ਿਆਦਾਤਰ ਗਾਣੇ ਪਹਿਲਾਂ ਹੋਰਾਂ ਨੂੰ ਦਿੰਦੇ ਆ, ਫਿਰ ਆਪਣੇ ਲਈ ਕੁਛ। ਓਕੇ, ਅਤੇ ਦੇਖੋ ਜਿਹੜੇ ਗਾਣਿਆਂ ਦਾ ਤੁਸੀਂ ਸਿਰਫ ਮਿਊਜ਼ਿਕ ਕਰਦੇ ਹੋ, ਗਾਉਂਦੇ ਤੁਸੀਂ ਆਪ ਨਹੀਂ ਹੋ, ਪਰ ਉਹ ਗਾਣੇ ਨੂੰ ਬਣਾਉਂਦੇ ਬਣਾਉਂਦੇ ਗਾਣਾ ਕਰਦੇ ਕਰਦੇ, ਮਤਲਬ ਤੁਹਾਨੂੰ ਯਾਦ ਹੀ ਹੋ ਜਾਂਦਾ ਹੋਣਾ? ਬਿਲਕੁਲ ਯਾਦ ਹੋ ਜਾਂਦਾ। ਅਤੇ ਬਹੁਤ ਵਾਰੀ ਇੱਦਾਂ ਹੁੰਦਾ ਆਰਟਿਸਟ ਕਹਿੰਦਾ ਭਾਅ ਜੀ ਇੱਕ ਵਾਰੀ ਪਹਿਲਾਂ ਤੁਸੀਂ ਗਾਓ ਫਿਰ ਮੈਂ ਤੁਹਾਨੂੰ ਕਾਪੀ ਕਰਦਾ। ਨਹੀਂ, ਕਾਪੀ ਤਾਂ ਨਹੀਂ ਕਰਦਾ, ਸੋ ਜ਼ਿਆਦਾਤਰ ਡੰਮੀਜ਼ ਮੈਂ ਹੀ ਕਰਦਾ। ਆ ਅੱਛਾ, ਡੰਮੀ ਕਰਕੇ ਦਿੰਦੇ ਹੋ? ਸਾਰੀਆਂ ਡੰਮੀਆਂ ਸਰ ਪਹਿਲਾਂ ਮੈਂ ਕਰਦਾ, ਫਿਰ ਉਸ ਤੋਂ ਬਾਅਦ ਡੱਬ ਕਰਦੇ ਆ ਸਿੰਗਰ, ਸਿਰਫ ਆਡੀ ਹੈ। ਹਾਂ, ਉਹ ਬਸ ਉਹ ਨਹੀਂ ਕਰਦੇ। ਅੱਛਾ, ਸੋ ਬਾਕੀ ਸਾਰਿਆਂ ਦੀ ਡੰਮੀਆਂ ਪਹਿਲਾਂ ਮੈਂ ਕਰਦਾ, ਫਿਰ ਉਸ ਤੋਂ ਬਾਅਦ ਡੱਬ ਕਰ ਦੇਣਾ। ਅਤੇ ਇੱਕ ਗੱਲ ਸੱਚ ਮਾਣੇ ਹੋ, ਇਹ ਕੋਈ ਇਹ ਨਹੀਂ ਹੈ ਕਿ ਮੈਂ ਇੰਟਰਵਿਊ ਕਰ ਰਿਹਾ ਤਾਂ ਮੈਂ ਤੁਹਾਨੂੰ ਤਾਂ ਫੁਲਾਉਣ ਲਈ ਇਹ ਗੱਲ ਕਰ ਰਿਹਾ। ਦੇਖੋ ਜਿਹੜੇ ਗਾਣੇ ਤੁਸੀਂ ਬਣਾਉਂਦੇ ਹੋ ਉਹਨਾਂ ਗਾਣਿਆਂ ਦੇ ਵਿੱਚ ਨਾ ਤੁਸੀਂ ਇੱਕ ਆਪਣਾ ਮਸਾਲਾ ਜਿਹਾ ਛੱਡਦੇ ਹੋ ਹਲਕਾ ਜਿਹਾ, ਜਿਵੇਂ ਹੱਥ ਚੁੰਮੇ 'ਚ ਹਲਕਾ ਜਿਹਾ ਤੁਸੀਂ ਆਪਣਾ ਉਹ ਹੇਕ ਛੱਡੀ ਹੈ, ਹੈ ਨਾ, ਅਤੇ ਇਹ ਚੀਜ਼ਾਂ ਸਾਡੇ ਦਿਲ 'ਚ ਵੱਜਦੀਆਂ, ਫਿਰ ਐਂ ਲੱਗਦਾ ਯਾਰ ਅੱਗੇ ਵੀ ਯਾਰ ਬਾਈ ਨੂੰ ਵੀ ਸ਼ੁਰੂ ਕਰ ਦੇਣਾ ਚਾਹੀਦਾ ਅੱਗੇ। ਨੋ ਡਾਊਟ ਐਮੀ ਬਾਈ ਨੇ ਬਹੁਤ ਸੋਹਣਾ ਗਾਇਆ, ਹੈ ਨਾ, ਨੋ ਡਾਊਟ, ਪਰ ਗੱਲ ਇਹ ਹੁੰਦੀ ਕਿ ਹਰੇਕ ਦੀ ਟੋਨ ਅਲੱਗ ਅਲੱਗ ਹੈ, ਹੈ ਨਾ। ਸਾਨੂੰ ਕਈ ਵਾਰੀ ਐਂ ਫੀਲ ਹੁੰਦਾ ਹੁੰਦਾ ਯਾਰ ਬਾਈ ਜਦੋਂ ਆਪਣੇ ਲਾਈਵ ਸ਼ੋਅ ਕਰਦਾ ਹੈ, ਬੀ ਪਰਾਗ ਜਦੋਂ ਆਪਣੇ ਲਾਈਵ ਸ਼ੋਅ ਕਦੀ ਲੰਬੇ ਲੰਬੇ ਕਰੀ ਅੱਗੇ ਕਰੂਗਾ ਤਾਂ ਬਾਈ ਯਾਰ ਇਹ ਗਾਣਾ ਪੱਕਾ ਚੱਕੂਗਾ। ਫਿਰ ਤੁਸੀਂ ਜਿਹੜੇ ਗਾਣੇ ਗਾਏ ਕਿਸੇ ਹੋਰ ਨੇ ਬਣਾਏ ਤੁਸੀਂ ਹੈ, ਉਹ ਵੀ ਤੁਸੀਂ ਆਪਣੇ ਲਾਈਵ ਸ਼ੋਅ 'ਚ ਆਪਣਾ ਵੀ ਪੂਰਾ। ਹਾਂ ਬਿਲਕੁਲ, ਮੈਂ ਉਹੀ ਦੇਖੋ ਮਿਊਜ਼ਿਕ ਡਾਇਰੈਕਟਰ ਨੂੰ ਪੂਰਾ ਰਾਈਟ ਹੁੰਦਾ ਨਾ, ਆਪਣੇ ਗਾਣੇ ਗਾ ਸਕਦਾ। ਹਾਂ, ਸੋ ਸਾਰੇ ਗਾਣੇ ਗਾਉਂਦਾ ਮੈਂ, ਯੈਸ, ਲਾਈਵ ਸ਼ੋਅ 'ਚ ਪ੍ਰੋਪਰ। ਹਾਂ, ਅਤੇ ਜਿਹੜਾ ਸੂਰਜ ਗਾਣਾ ਹੈ, ਨੋ ਡਾਊਟ ਉਹਨਾਂ ਨੇ, ਬਾਈ ਉਹਨਾਂ ਨੇ ਬਹੁਤ ਵਧੀਆ ਗਾਇਆ, ਗਿੱਪੀ ਬਾਈ ਉਹਨਾਂ ਨੇ, ਜੇ ਤੁਸੀਂ ਗਾਓਗੇ ਕੀ ਸੇਮ ਟੋਨ 'ਚ ਹੀ ਗਾਓਗੇ, ਸੇਮ ਕੰਪੋਜੀਸ਼ਨ ਹੋਊਗੀ, ਜਾਂ ਤੁਹਾਨੂੰ ਐਂ ਲੱਗਦਾ ਹੁੰਦਾ ਕਿ ਯਾਰ ਮੈਂ ਆਪਣੀ ਮਸਤੀ ਨਾਲ ਚੇਂਜ ਕਰਦਾ ਉਹਨੂੰ? ਹੈ ਨਹੀਂ 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 ਨਹੀਂ, ਬਿਲਕੁਲ ਸੇਮ ਕੰਪੋਜੀਸ਼ਨ ਸਰ। ਓਕੇ, ਤੇ ਜੇ ਜੇ ਸੂਰਜ ਗਾਣੇ ਦੀ ਲਾਈਨਾਂ ਕੀ ਕਰੀ ਸਟਾਰਟ ਗਿਆ? ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ, ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ। ਤੈਨੂੰ ਵਫਾ ਦਾ ਜਾਣਨ ਕਰਦੇ ਕਰਦੇ ਤੇਰੇ ਉੱਤੇ ਮਰਦੇ ਮਰਦੇ ਸੱਚ ਪੁੱਛੇ ਜੇ ਤੂੰ ਮੈਂ ਅੱਕ ਕੇ ਬਹਿ ਗਿਆ। ਆਏ ਹਾਏ ਹੋਏ, ਬਿਹਤਰੀਨ। ਅੱਛਾ ਦੇਖੋ, ਤੁਸੀਂ ਹਰ ਫੰਕਸ਼ਨ ਨਹੀਂ ਫੜਦੇ ਹੈਗੇ, ਤੁਸੀਂ ਹਰ ਜ਼ਿਆਦਾਤਰ ਫੰਕਸ਼ਨ ਨਹੀਂ ਫੜਦੇ ਹੈਗੇ, ਕੀ ਇਹਦੇ ਪਿੱਛੇ ਕੀ ਥੋਟਸ ਰਹਿੰਦਾ ਕਿ ਜਿਵੇਂ ਮੈਰਿਜਸ ਫੰਕਸ਼ਨ ਨਹੀਂ, ਮੈਂ ਇੱਦਾਂ ਦਾ ਨਹੀਂ ਹੈਗਾ, ਮੈਂ ਤਾਂ ਸਿਰਫ ਆਪਣੀ ਸ਼ਾਂਤੀ ਲਈ ਗਾਣੇ ਕਰਦਾ, ਮੈਨੂੰ ਮੈਰਿਜਸ ਫੰਕਸ਼ਨ 'ਚ ਜਾਣ ਜੁਣ ਦੀ ਕੋਈ ਇੰਨੀ ਇੱਛਾ ਨਹੀਂ ਹੈ। ਤੁਹਾਨੂੰ ਪਤਾ ਕਿ ਮਤਲਬ ਮੈਂ ਜ਼ਿਆਦਾਤਰ ਮੈਰਿਜ ਜਿਹੜੇ ਸ਼ੋਅਜ਼ ਹੈਗੇ ਮੈਂ ਅਵੋਇਡ ਕਰਦਾ। ਹਾਂ ਹਾਂ, ਮੈਂ ਕਿਉਂ, ਕੀ ਕਾਰਨ? ਸਰ ਮੈਂ ਵੈਸੇ ਹੀ, ਮੈਨੂੰ ਇੱਦਾਂ ਨਹੀਂ ਹੈ ਕਿ ਮੈਂ ਅਵੋਇਡ, ਮੈਂ ਇਹ ਹੈ ਕਿ ਮੈਂ ਜ਼ਿਆਦਾਤਰ ਕਲੱਬਸ ਵਗੈਰਾ 'ਚ ਜ਼ਿਆਦਾ ਹੁੰਦਾ ਮੈਨੂੰ, ਹੈ ਨਾ, ਕਿ ਕੌਨਸਰਟ ਐਂਡ ਕਲੱਬਸ, ਹੈ ਨਾ। ਮੈਂ ਵਰਨਾ ਮੇਰੇ ਖਿਆਲ ਤੋਂ ਕੀਤੇ ਹੈ ਇੱਦਾਂ, ਅਤੇ ਮੈਂ ਨਹੀਂ ਨਹੀਂ ਭਾਜੀ, ਮੈਂ ਬਹੁਤ ਕੀਤੇ ਹੈ, ਠੀਕ ਹੈ, ਮੈਂ 10 ਸ਼ੋਅ ਤਾਂ ਮੈਂ ਕੀਤੇ ਆ ਮੈਂ ਮੈਰਿਜ ਵਾਲੇ। ਤੁਹਾਡੇ ਹਿਸਾਬ ਨਾਲ 10 ਕੀ ਹੈ, ਤੁਹਾਡੇ ਹਿਸਾਬ ਨਾਲ ਤਾਂ ਬਹੁਤ ਹੋਣੇ ਚਾਹੀਦੇ, ਪਰ ਤੁਸੀਂ ਗੁਰੇਜ਼ ਕਰਦੇ ਹੋ ਇਸ ਚੀਜ਼ ਨੂੰ ਕਿ ਵੀ ਮੈਂ ਇਸ ਲਈ ਮੈਂ ਇੱਧਰ ਨਹੀਂ ਆਪਣੀ ਜ਼ਿਆਦਾ ਇਨਵੋਲਵਮੈਂਟ ਰੱਖਣੀ ਹੈਗੀ ਹੈ ਕਿ ਵੀ ਦੇ ਸ਼ੋਅ ਅਤੇ ਸ਼ੋਅ ਮੈਰਿਜ ਦੇ ਸ਼ੋਅ ਮੈਂ ਸ਼ੋਅ ਲਾਈ ਜਾਵਾਂ, ਨਹੀਂ, ਮੈਂ ਥੋੜ੍ਹਾ ਸਕੂਨ ਵਾਲਾ ਕੰਮ ਜ਼ਿਆਦਾ ਕਰਦਾ। ਹਾਂ, ਮੈਨੂੰ ਕੰਸਰਟ ਸਿਸਟਮ ਜ਼ਿਆਦਾ ਵਧੀਆ ਲੱਗਦਾ। ਕੰਸਰਟ ਸਿਸਟਮ ਇਜ਼ ਵੈਰੀ ਗੁੱਡ। ਹੁਣ ਕਿਆ ਹੁੰਦਾ ਕਿ ਮੈਰਿਜਸ 'ਚ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਗਾ ਰਹੇ ਹੋ ਔਰ ਅੱਗੋਂ ਹਰ ਬੰਦਾ ਬਿਜ਼ੀ ਹੁੰਦਾ ਸਰ। ਯੈਸ ਯੈਸ,
ਸੋ ਥੋੜ੍ਹਾ ਜਿਹਾ ਮੈਨੂੰ ਹੁੰਦਾ ਯਾਰ ਦੱਸ ਯਾਰ ਕਿਉਂ ਹਾਂ ਉਹ ਚੀਜ਼ ਹੁੰਦੀ ਹੈ ਨਾ ਹਰ ਕੋਈ ਆਪਣਾ ਆਪਣਾ ਖਾਣ ਪੀਣ ਲੱਗਿਆ ਹੁੰਦਾ ਫਿਰ ਮਤਲਬ ਕਿਉਂਕਿ ਤੁਹਾਡੇ ਵਰਗੇ ਬੰਦੇ ਤਾਂ ਦਿਲੋਂ ਕੰਮ ਕਰਦੇ ਦਿਲੋਂ ਗਾਣੇ ਬਣਾਏ ਹੋਏ ਆ ਫਿਰ ਜਦੋਂ ਗਾਉਂਦਾ ਬੰਦਾ ਉਹ ਵੀ ਫਿਰ ਦਿਲੋਂ ਹੀ ਗਾਉਂਦਾ ਫਿਰ ਜਦੋਂ ਦਿਲੋਂ ਗਾਉਂਦਾ ਫਿਰ ਇੱਛਾ ਵੀ ਹੁੰਦੀ ਅਗਲਾ ਦਿਲੋਂ ਸੁਣੇ ਪਰ ਉਹ ਫੰਕਸ਼ਨ ਐਸਾ ਹੁੰਦਾ ਕਿ ਹਰ ਕੋਈ ਆਪਣੇ ਆਪਣੇ 'ਚ ਬਿਜ਼ੀ ਹੁੰਦਾ ਯਾਨੀ ਕਿ ਉਹ ਚੀਜ਼ ਕਿਤੇ ਨਾ ਕਿਤੇ ਮਾਇੰਡ 'ਚ ਘੁੰਮਦੀ ਹੈ ਹਾਂ ਬਿਲਕੁਲ ਬਟ ਮੈਂ ਆਪਣਾ ਤਾਂ ਆਪਾਂ ਬੈਸਟ ਦੇਣਾ ਹੀ ਹੁੰਦਾ ਨਾ ਸਰ ਆਪਾਂ ਪੂਰਾ ਉਹਨਾਂ ਨੂੰ ਇੱਦਾਂ ਤਾਂ ਪੂਰਾ ਖੁਸ਼ ਕਰੀਦਾ ਔਰ ਜੇ ਹੁਣ ਤੱਕ ਜਿਹੜੇ ਗਾਣੇ ਸਿਰਫ ਤੁਸੀਂ ਗਾਏ ਆ ਉਹ ਤਿੰਨੋਂ ਆਪਾਂ ਸੈਡ ਕੈਟੇਗਰੀ 'ਚ ਹੀ ਰੱਖ ਸਕਦੇ ਹਾਂ ਹੈ ਨਾ ਸੈਡ ਸੂਦਿੰਗ ਪਰ ਕੀ ਤੁਸੀਂ ਇਹ ਸੋਚਦੇ ਨਹੀਂ ਕਿ ਵੀ ਤੁਹਾਡੀ ਲਾਇਬ੍ਰੇਰੀ 'ਚ ਕੋਈ ਬੀਟ ਆਵੇ ਹੀ ਨਾ ਯਾਰ ਤੁਹਾਨੂੰ ਲੱਗਦਾ ਕਿ ਮੈਂ ਸਕੂਨ ਮੈਨੂੰ ਸੈਡ 'ਚ ਹੀ ਮਿਲਦਾ ਨਹੀਂ 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 ਹੁਣ ਬੀਟ ਗਾਣਾ ਹੁਣ ਇਸ ਤੋਂ ਬਾਅਦ ਆਪਾਂ ਕਰਨਾ ਹੀ ਆ ਹੁਣ ਇਸ ਤੋਂ ਬਾਅਦ ਸਿੱਧਾ ਬੀਟ ਹੀ ਕਰਨਾ ਬਟ ਉਸ ਤੋਂ ਬਾਅਦ ਫਿਰ ਸੈਡ ਆ ਫਿਰ ਉਸ ਤੋਂ ਬਾਅਦ ਸੈਡ ਆ ਫਿਰ ਇੱਕੋ ਹੋਰ ਸੈਡ ਆ ਇੱਦਾਂ ਬੀਟ ਸੌਂਗ ਵੀ ਚੱਲਦਾ ਰਹੇਗਾ ਫਿਰ ਸੈਡ ਪਰ ਸੈਡ ਦਾ ਕੈਟਾਗਰੀ ਕਿਉਂਕਿ ਮੇਰਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਸਰ ਕਿ ਜਿਹੜਾ ਮੇਰਾ ਮੇਨ ਮੋਟੋ ਜਿਹੜਾ ਹੈਗਾ ਨਾ ਉਹ ਇਹ ਹੈਗਾ ਕਿ ਮੈਂ ਕਰਨੇ ਆ ਸਿੰਫਨੀ ਔਰਕੈਸਟਰਾ ਨਾਲ ਸ਼ੋਜ਼ ਅੱਛਾ ਜੋ ਕਿ 50-60 ਮਿਊਜ਼ੀਸ਼ੀਅਨਸ ਸਮਝ ਗਏ ਸੋ ਮੈਂ ਉੱਦਾਂ ਦੇ ਕੰਸਰਟ ਕਰਨਾ ਚਾਹੁੰਦਾ ਸੋ ਨੋ ਮੈਟਰ ਕਿ ਤੁਹਾਡੇ ਸੈਡ ਸੌਂਗ ਹੈ ਜਾਂ ਬੀਟ ਸੌਂਗ ਹੈਗੇ ਜ਼ਿਆਦਾਤਰ ਉਹ ਜਿਹੇ ਸ਼ੋਜ਼ ਮੈਲੋਡੀ ਵਾਲਿਆਂ ਨੂੰ ਜਿਹੜੇ ਸੈਡ ਵਗੈਰਾ ਕਰਦੇ ਨੇ ਜਾਂ ਰੋਮਾਂਟਿਕ ਸੌਂਗ ਕਰਦੇ ਨੇ ਲਾਈਕ ਯੂ ਸੀ ਅਰੀਜੀਤ ਸਿੰਘ ਠੀਕ ਹੈ ਨਾ ਜਾਂ ਏਅਰ ਰਹਿਮਾਨ ਸਾਹਿਬ ਹੈ ਜਿਹੜੇ ਸਿੰਫਨੀ ਔਰਕੈਸਟਰਾ ਨਾਲ ਸ਼ੋਜ਼ ਕਰਦੇ ਨੇ ਸਹੀ ਕਹਿ ਰਹੇ ਹੋ ਸੋ ਮੈਂ ਉੱਦਾਂ ਦਾ ਕਰਨਾ ਚਾਹੁੰਦਾ ਕਿ ਮੈਂ ਇੱਕ ਜਿਹਨੂੰ ਕਹਿੰਦੇ ਆ ਬਿਗ ਕੰਸਰਟਸ ਵਗੈਰਾ ਯੈਸ 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 ਐਂਡ ਆਈ ਵਿਲ ਡੂ ਸਰ ਯੂ ਵਿਲ ਸੀ ਵਾਕਈ ਵਾਕਈ ਔਰ ਤੁਸੀਂ ਵਾਕਈ ਉਹ ਮਿਆਰ ਉਹ ਰੱਖਦੇ ਹੋ ਤੁਸੀਂ ਤੁਸੀਂ ਪਹੁੰਚਿਆ ਜਨੂਨ ਤੁਹਾਡਾ ਉੱਥੇ ਤੱਕ ਦਾ ਹੀ ਹੈ ਅੱਛਾ ਮੈਂ ਨਾ ਪਿਛਲੇ ਦਿਨਾਂ 'ਚ ਇੱਕ ਟਰਮ ਸੁਣੀ ਸੋਹੋ ਐਸ ਓ ਐਚ ਓ ਇਹ ਰੀਅਲ ਅਸਟੇਟ ਦੀ ਇੱਕ ਟਰਮ ਹੈ ਇਹ ਰੀਅਲ ਅਸਟੇਟ ਦੀ ਇਹ ਟਰਮ ਦਾ ਇਹ ਹੈ ਕਿ ਸਮਾਲ ਆਫਿਸ ਹੋਮ ਆਫਿਸ ਇਹ ਅੱਜ ਕੱਲ੍ਹ ਨਾ ਟ੍ਰਾਈ ਸਿਟੀ 'ਚ ਇਹ ਹੈਗੀ ਆ ਵੱਡੇ ਸ਼ਹਿਰਾਂ 'ਚ ਹੈਗੀ ਹੈ ਮੈਟਰੋ ਸਿਟੀ 'ਚ ਹੈਗੀ ਹੈ ਇਹ ਅਤੇ ਮੈਂ ਸੋਚਿਆ ਯਾਰ ਮੈਂ ਕਿਹਾ ਯਾਰ ਇਹ ਕਿਹੜੇ ਬੰਦੇ ਹੋਣਗੇ ਯਾਰ ਜਿਹੜੇ ਇਹ ਲੈਣਗੇ ਜਿੱਥੇ ਆਫਿਸ ਵੀ ਹੋਵੇ ਘਰ ਵੀ ਹੋਵੇ ਜਦੋਂ ਮੈਂ ਅੱਜ ਨਾ ਜਦੋਂ ਤੁਸੀਂ ਆਉਣਾ ਸੀ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਇਹ ਬੀ ਪਰਾਗ ਵਰਗੇ ਬੰਦਿਆਂ ਲਈ ਸੈੱਟ ਬੈਠਦੇ ਜਿਹਨਾਂ ਦਾ ਪ੍ਰੋਫੈਸ਼ਨ ਇਹੋ ਜਿਹਾ ਕਿ ਆਫਿਸ ਵੀ ਨਾਲ ਹੋਵੇ ਘਰ ਵੀ ਹੋਵੇ ਕੀ ਇਹ ਮੈਂ ਬਾਕੀ ਸਹੀ ਸੋਚ ਰਿਹਾ ਤੁਹਾਡੇ ਨਾਲ ਹੀ ਜ਼ਿਆਦਾ ਜੁੜਦੇ ਨਹੀਂ ਨਹੀਂ ਬਿਲਕੁਲ ਮੈਂ ਸਾਡੇ ਤਾਂ ਸਟੂਡੀਓ ਹੁਣ ਜ਼ਿਆਦਾਤਰ ਸਟੂਡੀਓ ਘਰ ਦੇ ਵਿੱਚ ਹੀ ਨੇ ਹਾਂ ਜ਼ਿਆਦਾਤਰ ਘਰਾਂ ਦੇ ਵਿੱਚ ਹੀ ਸਟੂਡੀਓਜ਼ ਨੇ ਸੋ ਮੇਰਾ ਵੀ ਘਰ 'ਚ ਹੀ ਆ ਸਟੂਡੀਓ ਸ਼ੁਰੂ ਤੋਂ ਹੀ ਅਤੇ ਸ਼ੁਰੂ ਤੋਂ ਹੀ ਓਕੇ ਅਤੇ ਇਹ ਇਹਦੀ ਇਹਦੇ ਸਾਨੂੰ ਦੂਰੋਂ ਤਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਨੂੰ ਸਾਰੀ ਚੀਜ਼ਾਂ ਪੋਜ਼ਿਟਿਵ ਲੱਗਦੀਆਂ ਹੁੰਦੀਆਂ ਯਾਰ ਆਹ ਵਧੀਆ ਹੈ ਵਿੱਚ ਆਫਿਸ ਹੋਣਾ ਚਾਹੀਦਾ ਕੀ ਇਹਦਾ ਇਹਦਾ ਕੋਈ ਤੁਹਾਨੂੰ ਉਹ ਵੀ ਲੱਗਦਾ ਹੈ ਯਾਰ ਯਾਰ ਇਹ ਚੀਜ਼ ਮਿਸ ਕਰਦਾ ਪਿਆ ਯਾਰ ਆਫਿਸ ਨਾ ਘਰ 'ਚ ਨਹੀਂ ਹੋਣਾ ਚਾਹੀਦਾ ਦੂਰ ਹੋਣਾ ਚਾਹੀਦਾ ਕੋਈ ਇਹ ਚੀਜ਼ਾਂ ਵੀ ਹੁੰਦੀਆਂ ਜਿਹੜੇ ਤੁਹਾਨੂੰ ਐਂ ਲੱਗਦਾ ਯਾਰ ਥੋੜ੍ਹਾ ਦੂਰ ਹੀ ਹੋਣਾ ਚਾਹੀਦਾ ਨਹੀਂ ਨਹੀਂ ਸਰ ਮੈਨੂੰ ਬਿਲਕੁਲ ਨਹੀਂ ਆਉਂਦਾ ਮੈਨੂੰ ਇੱਦਾਂ ਦਾ ਨਹੀਂ ਲੱਗਦਾ ਬਿਕੋਜ਼ ਫਿਰ ਕੀ ਹੈ ਕਿ ਹੁਣ ਮੰਮਾ ਵੀ ਹੁੰਦੇ ਆ ਉੱਥੇ ਹੈ ਨਾ ਤਾਂ ਸਾਰਾ ਮਾਹੌਲ ਵਧੀਆ ਬਣਿਆ ਰਹਿੰਦਾ ਉੱਥੇ ਸਟੂਡੀਓ ਇੱਕ ਬਿਲਕੁਲ ਅਲੱਗ ਹੈਗਾ ਠੀਕ ਹੈ ਨਾ ਸਾਰੇ ਰਾਤ ਨੂੰ ਆਉਂਦੇ ਨੇ ਹੈ ਨਾ ਜਾਨੀ ਭਾਅ ਜੀ ਹੋ ਰਹੀ ਆ ਪਰ ਰੋਜ਼ ਹੀ ਰਾਤ ਨੂੰ ਕੰਮ ਕੁਛ ਨਾ ਕੁਛ ਕਰਦੇ ਹਾਂ ਜਾਂ ਆਪਾਂ ਗੱਲਾਂ ਬਾਤਾਂ ਕਰ ਲਈਆਂ ਮਤਲਬ ਕਿ ਰੋਜ਼ ਦਾ ਮਿਲਣਾ ਜਾਂ ਉਹਦੇ 'ਚ ਗਾਣੇ ਬਣਾ ਲਏ ਅਸੀਂ ਹੈ ਨਾ ਸੋ ਹਰ ਦੋ ਤਿੰਨ ਦਿਨ ਬਾਅਦ ਗਾਣਾ ਤਾਂ ਬਣਾਉਣਾ ਹੀ ਹੁੰਦਾ ਜਾਂ ਕੋਈ ਕੰਮ ਕਰਨਾ ਹੀ ਹੁੰਦਾ ਤਾਂ ਮਾਹੌਲ ਇੱਦਾਂ ਦਾ ਬਣਿਆ ਹੋਇਆ ਕਿ ਉਹ ਮੈਨੂੰ ਇਹ ਨਹੀਂ ਲੱਗਦਾ ਕਿ ਮੈਂ ਸਟੂਡੀਓ ਕਿਤੇ ਹੋਰ ਬਣਾਵਾਂ ਔਰ ਇਹ ਗੱਲ ਜੇ ਕਹਿੰਦੇ ਆ ਲੋਕ ਤਾਂ ਸੱਚੀ ਕਹਿੰਦੇ ਕਿ ਵੀ ਜਿਹੜੇ ਮਿਊਜ਼ਿਕ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਆ ਨਾ ਇਹ ਰਾਤ ਦੇ ਸ਼ਿਕਾਰੀ ਹੁੰਦੇ ਆ ਬਿਲਕੁਲ ਜੀ ਬਿਲਕੁਲ ਇਹ ਸਹੀ ਗੱਲ ਤੁਸੀਂ ਰਾਤ ਬਿਲਕੁਲ ਰਾਤ ਦਾ ਸਿਸਟਮ ਹੈ ਸਾਰਾ ਸਰ ਤੇ ਫਿਰ ਘਰਦਿਆਂ ਦੀ ਪੂਰੀ ਉਹ ਹੁੰਦੀ ਹੋਣੀ ਹੈ ਕਿ ਸੌਂ ਜਾਓ ਨਹੀਂ ਉਹਨਾਂ ਨੂੰ ਪਤਾ ਹੈ ਕਿ ਰਾਤ ਨੂੰ ਹੀ ਕੰਮ ਕਰਨਾ ਅੱਜ ਕੱਲ੍ਹ ਚੱਲਦਾ ਮਾਈ ਫੈਮਿਲੀ ਇਜ਼ ਵੈਰੀ ਓਪਨ ਸੋ ਇੱਦਾਂ ਦਾ ਕੋਈ ਫੰਡਾ ਹੈ ਹੀ ਨਹੀਂ ਆ ਹੈ ਨਾ ਸੋ ਉਹ ਵਾਲਾ ਤਾਂ ਹੈ ਹੀ ਨਹੀਂ ਕਿ ਹਾਂ ਵੀ ਸੋ ਕਿਉਂਕਿ ਉਹਨਾਂ ਦਾ ਰੂਮ ਬਿਲਕੁਲ ਅਲੱਗ ਹੈ ਉਹਨਾਂ ਦੇ ਮੇਰੇ ਸਾਰਾ ਸਾਊਂਡ ਪਰੂਫ ਹੋਇਆ ਹੋਇਆ ਉੱਥੇ ਤੱਕ ਆਵਾਜ਼ ਜਾਂਦੀ ਨਹੀਂ ਹੈ ਨਾਈਸ ਹਾਂ ਸੋ ਤੇ ਫਿਰ ਲੱਗ ਹੀ ਜਾਂਦੇ ਸਵੇਰ ਦੇ 5-6 ਵਜੇ ਅੱਛਾ ਰੂਟੀਨ 'ਚ 5 ਵਜੇ ਆਉਂਦੇ ਆ ਰੂਟੀਨ 'ਚ ਐਵਰੇਜ ਆਪਾਂ ਰੱਖੀਏ ਤੇ ਫਿਰ 5 ਵਜੇ ਵਾਲਾ ਜਿਹੜਾ ਬੰਦਾ ਸੌਂਦਾ ਉਹ ਫਿਰ ਉੱਠੂਗਾ ਦੁਪਹਿਰੇ 2 ਵਜੇ ਬੜੇ ਆਰਾਮ ਨਾਲ 2-3 ਹਾਂ ਬਿਲਕੁਲ ਇਹ ਤੁਹਾਡੀ ਨਾ ਚਾਹੁੰਦੇ ਵੀ ਲਾਈਫ ਇੱਦਾਂ ਦੀ ਬਣ ਜਾਂਦੀ ਹੈ ਹੈ ਨਾ ਬਟ ਮੈਂ ਕਈ ਵਾਰੀ ਸੋਚਦਾ ਯਾਰ ਵੀ ਆਹ ਕੀ ਕਰ ਰਿਹਾ ਬਟ ਫਿਰ ਮੈਂ ਸੋਚਦਾ ਵੀ ਇਹੀ ਤਾਂ ਮੈਨੂੰ ਚਾਹੀਦਾ ਸੀਗਾ ਮੈਂ ਜਦ ਲੋਕੀ ਉਹ ਕਰ ਰਹੇ ਹੁੰਦੇ ਅਸੀਂ ਕੰਮ ਕਰਕੇ ਫ੍ਰੀ ਹੋ ਜਾਂਦੇ ਹਾਂ
ਫਿਰ ਤੇ ਈਵਨਿੰਗ ਵਾਕ ਹੀ ਹੁੰਦੀ ਹੋਣੀ ਥੋੜੀ, ਤਾਂ ਫਿਰ ਈਵਨਿੰਗ ਵਾਕ ਲਈ ਟਾਈਮ ਹੁੰਦਾ ਹੈ ਸਾਡਾ? ਬਿਲਕੁਲ, ਈਵਨਿੰਗ ਚ ਵਿੱਚ ਫਿਰ ਜਿਮ ਵਗੈਰਾ। ਹਾਂ ਅੱਛਾ, ਉੱਠਦੇ ਸਾਰ ਤੁਸੀਂ ਪਹਿਲਾਂ ਇਹ ਚੀਜ਼ ਦਾ? ਹਾਂ, ਉਹ ਖਾ ਪੀ ਕੇ ਦੈਨ ਫਿਰ 5-6 ਵਜੇ ਜਿਮ ਆਪਣਾ। ਵੈਰੀ ਨਾਈਸ। ਅੱਛਾ, ਜਦੋਂ ਹੁਣ ਆਪਾਂ ਇਹ ਮਸਤਾਨੀ ਗਾਣੇ ਦੀ ਗੱਲ ਕਰਦੇ ਹਾਂ, ਦੇਖੋ ਜਿਹੜੇ ਤਾਂ ਅੱਜ ਵੀ ਅਸੀਂ ਮਿਊਜ਼ਿਕ ਦੀਆਂ ਗੱਲਾਂ ਕਰਦੇ ਹਾਂ, ਨੋ ਡਾਊਟ ਅਸੀਂ ਸਥਾਈ ਸੁਣ ਲਿਆ, ਪਰ ਸਾਡਾ ਧਿਆਨ ਰਹਿੰਦਾ ਬਾਈ ਨਾ ਯਾਰ ਅੰਤਰੇ 'ਚ ਦੇਖੀਏ ਹੁਣ ਕੀ ਕੀਤਾ। ਸੱਚੀ ਗੱਲ ਦੱਸ ਰਿਹਾ, ਜਦੋਂ ਇੱਕ ਮਿੰਟ ਦਾ ਗਾਣਾ ਲੰਘਿਆ ਨਾ, ਮੇਰੀ ਨਿਗਾਹ ਕੰਨ ਇਹ ਸੀਗਾ ਹੁਣ ਦੇਣਾ ਅੰਤਰੇ 'ਚ ਕੀ ਕੀਤਾ ਵੀ ਬਰਾਗਣਾ, ਅਤੇ ਫਿਰ ਬਾਈ ਅੰਤਰਾ ਆਏ ਹਾਏ ਹੋਏ ਜਮਾ ਹੀ ਦਿਲ 'ਤੇ ਵੱਜਦਾ ਹੈਗਾ। ਅਤੇ ਜੇ ਮੈਂ ਕਹਿ ਰਿਹਾ ਸੀਗਾ ਜਿਹੜਾ ਪਹਿਲਾ ਅੰਤਰਾ ਜੇ ਮੇਰਾ ਦਿਲ ਵਾਲਾ, ਲਾਸਟ ਵਾਲਾ, ਹਾਂ ਬੇਇੱਜ਼ਤ ਕੀ ਹੁੰਦਾ ਹਰ ਸਾਂ ਪਤਾ ਲੱਗੇ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤ ਇਹ ਇਹ ਨਾ ਮੈਂ ਸੋਰੀ ਮੈਂ ਵਿੱਚ ਇੰਟਰਪਟ ਕਰ ਰਿਹਾ, ਇਹ ਜਦ ਅੰਤਰਾ ਲਿਖਿਆ ਇਹਦੀ ਕੰਪੋਜੀਸ਼ਨ ਮੈਂ ਬਣਾਈ ਇਹ ਵਾਲੇ ਅੰਤਰੇ ਦੀ, ਸੋ ਜਦ ਇਹ ਭਾਈ ਨੇ ਲਿਖਿਆ ਨਾ ਅਤੇ ਮੈਂ ਲਿਟਰਲੀ ਜਿਹਨੂੰ ਮੈਨੂੰ ਅੱਜ ਮੈਸੇਜ ਆਉਂਦੇ ਨੇ ਜਿਹੜੇ ਗੂਸ ਬੰਬਸ ਆ ਗਏ, ਤੁਸੀਂ ਵੀ ਮੈਨੂੰ ਕਿਹਾ ਇਹ ਜਦ ਇਹ ਇਹ ਵਰਡਿੰਗ ਸੁਣੀ ਨਾ ਕਿ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ, ਫਿਰ ਮੈਂ ਕਿਹਾ ਯਾਰ ਭਾਈ ਜਿਹੜੀ ਕੰਪੋਜੀਸ਼ਨ ਹੈ ਇੰਨੀ ਕੁ ਜ਼ਿਆਦਾ, ਉਹ ਉਹਨਾਂ ਨੇ ਕੰਪੋਜੀਸ਼ਨ ਨੂੰ ਇੰਨੇ ਕੁ ਤਰੀਕੇ ਉਹ ਤਾਨਾ ਵੱਜਿਆ ਨਾ ਜੋ, ਯੈਸ ਹੈ ਨਾ, ਬੇਇੱਜ਼ਤ ਕੀ ਹੁੰਦਾ ਹਰ ਸਾਂ ਪਤਾ ਲੱਗੇ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ, ਬੇਇੱਜ਼ਤ ਕੀ ਹੁੰਦਾ ਹਰ ਸਾਂ ਪਤਾ ਲੱਗੇ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ, ਜਿਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ, ਮੈਂ ਤੋਬਾ ਤੋਬਾ ਮੈਂ ਤੇਰੀ ਮਸਤਾਨੀ ਨਹੀਂ ਬਣਨਾ। ਆਏ ਹਾਏ ਹਾਏ, ਇਹ ਇਹ ਚੀਜ਼ ਦੀ ਕਸਕ ਸੀ, ਚਾਹਤ ਸੀਗੀ ਸੁਣਨ ਵਾਲਿਆਂ ਨੂੰ। ਅੱਛਾ, ਜਦੋਂ ਹੁਣ ਆਪਾਂ ਗੱਲ ਕਰਦੇ ਹਾਂ, ਮੈਂ ਇੱਕ ਕਹਿ ਸਕਦੇ ਹਾਂ ਕਿ ਬੀ ਪਰਾਗ ਦਾ ਬਿਜ਼ੀ ਮੈਨ ਕਿੰਨੀ ਵਾਰ ਹੁਣ ਤੱਕ ਆਪਣੇ ਫੋਨ ਨੰਬਰ ਬਦਲ ਚੁੱਕੇ, ਕਿੰਨੀ ਵਾਰ ਬਦਲਨੇ ਪਏ? ਬਦਲ ਹੀ ਲੈਂਦਾ ਨੰਬਰ ਕਿੰਨੀ ਵਾਰ, ਜੇ ਤੁੱਕਾ ਵੀ ਮਾਰਨਾ ਹੋਵੇ ਅੰਦਾਜ਼ਨ ਤੁਹਾਨੂੰ ਲੱਗਦਾ ਮੈਂ ਇੰਨੀ ਵਾਰ ਆਪਣਾ ਫੋਨ ਨੰਬਰ? 2-3 ਵਾਰੀ ਕਰਿਆ ਹਾਲੇ ਦਾ। ਅੱਛਾ, ਹਾਲੇ ਤਾਂ 2-3 ਵਾਰੀ ਕਰਿਆ। ਔਰ ਬਦਲਣ ਦਾ ਕਾਰਨ ਇਹੀ ਸੀਗਾ ਕਿ ਯਾਰ ਫੋਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਵਜ੍ਹਾ। ਹਾਂ, ਮੈਂ ਹੁਣ ਪਰ ਕਿਹਾ ਕਿ ਇੱਕ ਟਾਈਮ 'ਤੇ ਨਾ ਆ ਕੇ ਨਾ ਤੁਸੀਂ ਬਸ ਪਸੰਦ ਕਰਦੇ ਹੋ, ਫਿਰ ਤੁਹਾਡੀ ਮੈਨੇਜਮੈਂਟ ਆ ਜਾਂਦੀ ਹੈ, ਫਿਰ ਤੁਹਾਨੂੰ ਵੈਸੇ ਵੀ ਇਨ ਚੀਜ਼ਾਂ ਤੋਂ ਥੋੜ੍ਹਾ ਜਿਹਾ ਮੁਕਤੀ ਮਿਲ ਜਾਂਦੀ ਹੈ ਜਦ ਮੈਨੇਜਮੈਂਟ ਆ ਗਈ ਤੁਹਾਡੀ, ਹੈ ਨਾ। ਸੋ ਹੁਣ ਕਿਆ ਹੈ ਕਿ ਸਿਰਫ ਮੈਨੂੰ ਫੋਨ ਉਹੀ ਆਉਂਦੇ ਨੇ ਜ਼ਿਆਦਾਤਰ ਜਿਹੜੇ ਹੁਣ ਜਿੱਦਾਂ ਕਲੋਜ਼ ਵਨ ਹੈਗੇ ਆ ਬਸ, ਜਿਹਨਾਂ ਨਾਲ ਮੈਨੂੰ ਰੋਜ਼ ਦਾ ਕੰਮ ਹੈਗਾ ਬਸ, ਤੁਸੀਂ ਦੇਖ ਲਓ ਹਾਲੇ ਤਾਂ ਕੋਈ ਕੌਣ ਨਹੀਂ, ਆਏਗੀ ਵੀ ਨਹੀਂ, ਆਏਗੀ ਵੀ ਨਹੀਂ, ਉਹ ਫਿਰ ਉਹ ਫਿਲਟਰ ਹੋ ਕੇ ਆਉਂਦੀ ਹੈ ਨਾ ਤੁਹਾਡੇ ਕੋਲ, ਪਹੁੰਚਦੇ ਪਹੁੰਚਦੇ ਫਿਲਟਰ ਹੋ ਜਾਂਦੀ ਹੈ। ਅੱਛਾ, ਇੱਕ ਗੱਲ ਹੋਰ ਹੈ ਭਾਜੀ, ਦੇਖੋ ਚਾਹਤ ਤੁਹਾਡੀ ਸ਼ੁਰੂ ਤੋਂ ਇਹ ਰਹੀ ਹੈ, ਓਬਵੀਅਸ ਹਰ ਬੰਦੇ ਦੀ ਹੁੰਦੀ ਹੈ, ਤੁਹਾਡੀ ਵੀ ਚਾਹਤ ਇਹ ਰਹੀ ਕਿ ਲੋਕ ਮੈਨੂੰ ਪਹਿਚਾਨਣ, ਮੇਰਾ ਵਰਕ, ਮੇਰੇ ਵਰਕ ਦਾ ਨਾਮ ਹੋਵੇ, ਚਾਹਤ ਤਾਂ ਪਹਿਚਾਨਣ ਦੀ ਰਹਿੰਦੀ ਹੈ, ਜਦੋਂ ਪਹਿਚਾਣ ਬਣ ਜਾਂਦੀ ਹੈ ਫਿਰ ਚਾਹਤ ਇਹ ਹੁੰਦੀ ਹੈ ਯਾਰ ਥੋੜ੍ਹਾ ਜਿਹਾ ਮੈਨੂੰ ਨਾ ਡਿਸਟਰਬੈਂਸ ਨਾ ਹੋਵੇ ਲੋਕਾਂ ਦੀ, ਜਿਵੇਂ ਹੁਣ ਆਪਾਂ ਗੱਲ ਇਹ ਕਰ ਹੀ ਰਹੇ ਪਿੱਛੇ ਤੋਂ ਆਹ ਗੱਲ ਮੈਂ ਜੋੜਤੀ, ਹੁਣ ਜੇ ਤੁਸੀਂ ਤੁਹਾਨੂੰ ਕਿੱਥੇ ਕਿੱਥੇ ਇਹ ਜ਼ਿਆਦਾਤਰ ਲੱਗਦਾ ਹੁੰਦਾ ਕਿ ਯਾਰ ਇੱਥੇ ਮੈਨੂੰ ਪਹਿਚਾਨਣ ਨਾ ਜ਼ਿਆਦਾ, ਯਾਰ ਕਿੱਥੇ ਤੁਹਾਨੂੰ ਲੱਗਦਾ ਹੁੰਦਾ ਜਾ ਕੇ? ਮੈਨੂੰ ਕਿਤੇ ਇੱਦਾਂ ਦਾ ਨਹੀਂ ਲੱਗਦਾ, ਮੈਂ ਸੱਚੀ ਦੱਸਾਂ, ਕਈ ਵਾਰੀ ਮੈਨੂੰ ਨਾ ਸ਼ੁਰੂ ਤੋਂ ਜਦ ਮੇਰਾ ਵਧੀਆ ਹੋਣ, ਸਾਡਾ ਸਾਰਿਆਂ ਦਾ ਸਿਸਟਮ ਵਧੀਆ ਹੋਣਾ ਸਟਾਰਟ ਹੋਇਆ, ਗਾਣਾ ਗੁਣਾ ਆ ਗਿਆ, ਮਨ ਭਰਿਆ, ਅਤੇ ਲੋਕਾਂ ਨੇ ਵਧੀਆ, ਫਿਰ ਮੰਮਾ ਨੇ ਇੱਕ ਗੱਲ ਮੈਨੂੰ ਸਮਝਾਈ, ਕਹਿੰਦੇ ਵੀ ਜੇ ਲੋਕ ਆਉਣ ਤੇਰੇ ਕੋਲ ਜਾਂ ਫੋਟੋਆਂ ਖਿਚਵਾਉਣ ਆਉਣ ਜਾਂ ਕਿਸੇ ਤੋਂ ਕਦੀ ਉਹ ਇਹ ਇਹ ਚੀਜ਼ ਤੋਂ ਹੋਣਾ ਨਹੀਂ ਡਿਸਟਰਬ ਜਾਂ ਕੁਛ ਵੀ ਮੈਂ ਇੱਦਾਂ ਹੋ ਰਿਹਾ, ਮੈਂ ਕਿੰਨੀਆਂ ਫੋਟੋ ਕਰਾਵਾਂਗਾ, ਇਹ ਹੈ ਵੋ ਹੈ, ਕਿਉਂਕਿ ਇਹ ਚੀਜ਼, ਕਿਉਂਕਿ ਇਹ ਮੈਂ ਵੀ ਸੋਚਦਾ, ਇਹ ਸਾਰੀ ਸੋਚਦਾ ਵੀ ਇਹੀ ਤਾਂ ਚੀਜ਼ ਸਾਨੂੰ ਚਾਹੀਦੀ ਸੀਗੀ, ਸੋ ਜੇ ਆਪਾਂ ਇਸ ਚੀਜ਼ ਤੋਂ ਔਰ ਇੱਕ ਫੋਟੋ ਲਈ ਇੱਕ ਬੰਦਾ ਉਹਦੇ ਜਜ਼ਬਾਤ ਜੋ ਹੁੰਦੇ ਆ ਨਾ ਬਾਈ, ਉਹ ਮੈਂ ਬਹੁਤ ਦੇਖੇ ਆ, ਜਿੱਦਾਂ ਹੁਣ ਮੇਰੇ ਨਾਲ ਕੋਈ ਫੋਟੋ ਖਿਚਵਾਉਣ ਆਇਆ, ਕੋਈ ਵੀ ਮੇਰਾ ਫੈਨ ਆ, ਹੁਣ ਜੇ ਉਹ ਮੈਨੂੰ ਵੈਸੇ ਤਾਂ ਦੇਖੋ ਮੈਨੂੰ ਥੋੜ੍ਹਾ ਬੁਰਾ ਵੀ ਲੱਗਦਾ, ਜਿੱਦਾਂ ਹੁਣ ਸਾਡੀ ਸਿਕਿਉਰਿਟੀ ਉਹ ਟੱਚ ਨਹੀਂ ਸਾਨੂੰ ਕਰਨ ਦਿੰਦੇ, ਹੈ ਨਾ, ਸੋ ਜੇ ਉਹ ਹਲਕਾ ਜਿਹਾ ਜਿੱਦਾਂ ਉਹਨਾਂ ਤੋਂ ਟੱਚ ਹੋ ਵੀ ਗਿਆ ਤਾਂ ਉਹਨਾਂ ਦੇ ਲਿਟਰਲੀ ਇੱਦਾਂ ਇੱਦਾਂ ਹੱਥ ਕੰਬ ਰਹੇ ਹੁੰਦੇ, ਹੈ ਨਾ, ਸੋ ਉਹ ਫੀਲ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ, ਸੋ ਮੈਂ ਇਸ ਕਰਕੇ ਕਿਸੇ ਨੂੰ ਮਨਾ ਉਨਾ ਕਰਦਾ ਨਹੀਂ, ਸੋ ਮੈਂ ਜਿੱਥੇ ਮੈਂ ਇਸ ਚੀਜ਼ ਤੋਂ ਬਿਲਕੁਲ ਡਿਸਟਰਬ ਨਹੀਂ ਹੁੰਦਾ, ਮੈਨੂੰ ਖੈਰ ਇਹ ਤਾਂ ਮੈਨੂੰ ਇੰਨੀ ਕੁ ਜ਼ਿਆਦਾ ਚਾਹੀਦੀ ਹੈ, ਮੈਨੂੰ ਤਾਂ ਉਹ ਸਿਸਟਮ ਚਾਹੀਦਾ ਕਿ ਘਰ ਦੇ ਬਾਹਰ ਲੋਕ ਖੜ੍ਹੇ ਹੋਣ। ਬਿਲਕੁਲ ਸਹੀ ਗੱਲ। ਅੱਛਾ ਦੇਖੋ, ਜਿਵੇਂ ਤੁਸੀਂ ਓਬਵੀਅਸ ਹੈ ਕਿ ਵੀ
ਤੁਹਾਡੇ ਫਾਦਰ ਸਾਹਿਬ ਜਿਨ੍ਹਾਂ ਨੇ ਮਿਊਜ਼ਿਕ ਦੇ ਬੜੇ ਮਹਾਰਥੀ ਪੈਦਾ ਕੀਤੇ ਹੈ, ਹੈ ਨਾ, ਜਿਹੜੇ ਹੁਣ ਤੱਕ ਜਿਨ੍ਹਾਂ ਦਾ ਨਾਮ ਚੱਲਦਾ ਆ ਰਿਹਾ ਹੈ ਬੱਚਨ ਸਾਹਿਬ, ਅਤੇ ਦੇਖੋ ਤੁਸੀਂ ਮਿਊਜ਼ਿਕ ਦੇ ਨਾਲ ਉਸ ਟਾਈਮ ਤੋਂ ਜੁੜੇ ਹੋ, ਬਹੁਤ ਸਾਰੇ ਫੋਕ ਮਿਊਜ਼ਿਕ ਤੋਂ ਤੁਸੀਂ ਗੁਜ਼ਰੇ ਹੋ, ਜਿਹੜਾ ਜੇ ਮੈਂ ਕਹਾਂ ਕਿ ਜੇ ਆਪਾਂ ਫੋਕ ਮਿਊਜ਼ਿਕ ਦੀ ਗੱਲ ਕਰਨੀ ਹੋਵੇ, ਜੇ ਆਪਾਂ ਟੱਪੇ ਦੀ ਗੱਲ ਕਰੀਏ, ਮਾਹੀਆ ਦੀ ਗੱਲ ਕਰੀਏ, ਛੱਲੇ ਦੀ ਗੱਲ ਕਰੀਏ, ਜਿੰਦੂਆ ਦੀ ਗੱਲ ਕਰੀਏ, ਕਿਹੜਾ ਕਿਹੜੀ ਚੀਜ਼ ਤੁਹਾਡੇ ਸਭ ਤੋਂ ਨੇੜੇ ਰਹੀ ਹੈ ਪਹਿਲਾਂ, ਜਿਹੜਾ ਤੁਹਾਨੂੰ ਅੱਜ ਵੀ ਨਾ ਫੋਕ ਦੀ ਉਹ ਲੋਰ ਤੁਹਾਡੇ ਅੰਦਰ ਉੱਠਦੀ ਹੈ ਉਹ ਗਾਣੇ ਦੀ, ਤਾਂ ਉਹ ਕਿਹੜਾ ਹੋਊਗਾ ਫੋਕ, ਜੇ ਮੈਂ ਫੋਕ ਗਾਣੇ ਦੀ ਕੋਈ ਲੋਰ ਪੁੱਛਾਂ? ਬਹੁਤ ਫੋਕ ਹੈ, ਜਿੰਨੇ ਵੀ ਫੋਕ ਗਾਣੇ ਅਸੀਂ ਦੇਖੋ, ਮੈਂ ਇੰਨਾ ਫੋਕ ਸੁਣਿਆ ਹੁਣ ਉਹੀ ਕਿਤੇ ਨਾ ਕਿਤੇ ਮੇਰੇ ਉਹ ਰੰਗ ਮੇਰੀ ਕੰਪੋਜੀਸ਼ਨਸ ਦੇ ਵਿੱਚ ਆਉਂਦਾ ਜ਼ਰੂਰ, ਹੈ ਨਾ, ਸੋ ਉਹ ਚਾਹੇ ਮੈਨੂੰ ਸੁਰਿੰਦਰ ਕੌਰ ਜੀ ਦਾ ਸੀਗਾ ਇੰਨਾ ਅੱਖੀਆਂ 'ਚ ਪਾਇਆ ਜਿਹੜਾ ਸੀਗਾ ਕਜਲਾਵੇ ਅੱਖੀਆਂ 'ਚ ਤੂੰ ਦਿਸਦਾ, ਲਾਈਕ ਮੈਂ ਇੰਨੇ ਕੁ ਜ਼ਿਆਦਾ ਇਹ ਸੁਣੇ ਨੇ ਉਸ ਟਾਈਮ ਗਾਣੇ, ਮੈਨੂੰ ਬਹੁਤ ਵਧੀਆ ਲੱਗਦੇ ਹੁੰਦੇ ਸੀ, ਹੈ ਨਾ, ਹਾਲਾਂਕਿ ਮੈਂ ਬਹੁਤ ਛੋਟਾ ਹੁੰਦਾ ਸੀਗਾ, ਸੋ ਉਸ ਟਾਈਮ ਵੀ ਇਹ ਗਾਣੇ ਮਤਲਬ ਕਿ ਇਹਨਾਂ ਦਾ ਸੀਗਾ, ਹੈ ਨਾ, ਰਾਂਝੇ ਮੱਝੀਆਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ, ਡੋਲੀ ਲੈ ਗਏ ਨੇ ਕਿਹੜੇ ਲੱਗਦੇ ਨੈਣ ਵੇੜੇ, ਸੋ ਇਹ ਇੱਦਾਂ ਦੇ ਮੈਨੂੰ ਇਹ ਚੀਜ਼ਾਂ ਬਹੁਤ ਕਮਾਲ ਦੀਆਂ ਲੱਗਦੀਆਂ, ਮਾਈਆ ਜਿੱਦਾਂ ਤੁਸੀਂ ਬੋਲਦੇ ਹੋ, ਕੁੱਠੇ 'ਤੇ ਗਲੋ ਮਾਈਆ, ਚੰਨ ਪਾਵੇ ਚੜੇ ਨਾ ਚੜੇ ਸਾਨੂੰ ਤੇਰੀ ਲੋ ਮਾਇਆ, ਇਹ ਬਹੁਤ ਚੀਜ਼ਾਂ ਮੈਨੂੰ ਇਹ ਕਈ ਕੰਪੋਜੀਸ਼ਨਾਂ ਫੋਕ ਦੇ ਵਿੱਚ ਐਸੀਆਂ ਜੋ ਅਸੀਂ ਯੂਜ਼ ਕਰਦੇ ਹਾਂ, ਹੈ ਨਾ, ਆਪਣੀ ਕੰਪੋਜੀਸ਼ਨ ਉਹਨਾਂ ਦਾ ਥੋੜ੍ਹਾ ਟੱਚ ਦਿੰਦੇ ਕਿਉਂਕਿ ਉਹ ਓਲਡ ਇਜ਼ ਗੋਲਡ, ਹਾਂ ਆਲਵੇਜ਼, ਉਹ ਤਾਂ ਹਮੇਸ਼ਾ ਹੀ ਨਾਲੇ ਉਹ ਹਮੇਸ਼ਾ ਦਿਲ ਨੂੰ ਟੁੰਬਣੀ ਟੁੰਬਣੀ ਹੈ ਨਾ, ਕੁਦਰਤੀ ਗੱਲ ਹੈ। ਅੱਛਾ ਦੇਖੋ ਤੁਸੀਂ ਮੈਨੂੰ ਜਿਵੇਂ ਪਹਿਲਾਂ ਵੀ ਆਪਾਂ ਇਸ ਬਾਰੇ ਗੱਲ ਕਰ ਚੁੱਕੇ, ਏ ਆਰ ਰਹਿਮਾਨ ਸਾਹਿਬ ਨੂੰ ਤੁਸੀਂ ਬਹੁਤ ਫੋਲੋ ਕੀਤਾ, ਇੰਸਪਾਇਰਡ ਰਹੇ ਹੋ ਉਹਨਾਂ ਤੋਂ, ਜੇ ਮੈਂ ਇਹ ਨਜ਼ਰ ਮਾਰਾਂ ਏ ਆਰ ਰਹਿਮਾਨ ਸਾਹਿਬ ਤਾਂ ਪੂਰੀਆਂ ਫਿਲਮਾਂ ਦਾ ਮਿਊਜ਼ਿਕ ਫੜਦੇ ਕਿ ਮੈਂ ਯਾਰ ਪੂਰੀ ਫਿਲਮ ਦਾ ਮਿਊਜ਼ਿਕ ਕਰੂੰਗਾ, ਪਰ ਜਦੋਂ ਬੀ ਪਰਾਗ ਵੱਲ ਦੇਖਦੇ ਹਾਂ, ਬੀ ਪਰਾਗ ਗਾਣਿਆਂ ਦਾ ਤਾਂ ਜ਼ਰੂਰ ਫੜਦਾ, ਫਿਲਮ ਦੇ ਗਾਣਿਆਂ ਦਾ ਵੀ ਫੜ ਲੈਂਦਾ, ਪਰ ਪੂਰੀ ਫਿਲਮ ਦਾ ਮਿਊਜ਼ਿਕ ਨਹੀਂ ਫੜਦਾ, ਫਿਲਮ ਦਾ ਫੜ ਲੈਣਾ ਹੈ ਜਾਂ ਕੀ? ਨਹੀਂ 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 ਨਹੀਂ, ਅਸੀਂ ਸ਼ੁਰੂ ਤੋਂ ਸੋਚਿਆ ਸੀਗਾ ਜੇ ਕਰਾਂਗੇ ਤਾਂ ਪੂਰੀ ਫਿਲਮ ਦਾ ਹੀ ਕਰਾਂਗੇ ਮਿਊਜ਼ਿਕ ਐਂਡ ਲਿਰਿਕਸ, ਸੋ ਅਸੀਂ ਕਰ ਰਹੇ ਹਾਂ ਹੁਣ। ਕਿਸਮਤ ਮੂਵੀ ਆ ਰਹੀ ਹੈ ਐਮੀ ਦੀ, ਸੋ 21 ਸਤੰਬਰ ਨੂੰ ਮੂਵੀ ਆ ਜਾਣੀ ਹੈ, ਉਹ ਟੋਟਲੀ ਮਿਊਜ਼ਿਕਲੀ ਫਿਲਮ ਹੈ, ਉਹ ਟੋਟਲੀ ਰੋਮੈਂਟਿਕ ਐਂਡ ਜਿਹੜਾ ਡਰਾਮਾ ਸੈਡ ਮੂਵੀ ਹੈ, ਸੋ ਅਸੀਂ ਸ਼ੁਰੂ ਤੋਂ ਸੋਚਿਆ ਜੇ ਕਰਾਂਗੇ ਤਾਂ ਇਹੋ ਜਿਹੀ ਮੂਵੀ ਕਰਾਂਗੇ ਜਿਹ 'ਚ ਗਾਣੇ ਸੈਡ ਐਂਡ ਰੋਮੈਂਟਿਕ ਹੋਣ, ਐਸੀ ਐਸੀ ਸਿਚੁਏਸ਼ਨਸ ਹੋਣ। ਕਿਸਮਤ ਗਾਣਾ ਆਇਆ ਸੀਗਾ, ਹੁਣ ਕਿਸਮਤ ਮੂਵੀ ਆ ਰਹੀ ਹੈ 21 ਸਤੰਬਰ ਨੂੰ, ਅਤੇ ਉਹਦੇ 'ਚ ਬੀ ਪਰਾਗ ਦਾ ਵੀ ਗਾਣਾ ਹੋਊਗਾ? ਹਾਂਜੀ ਬਿਲਕੁਲ ਹੈਗਾ ਸਰ, ਮੇਰਾ ਗਾਣਾ ਕਲਾਈਮੈਕਸ 'ਤੇ ਆ, ਔਰ ਐਸਾ ਗਾਣਾ ਬਹੁਤ ਵਧੀਆ ਗਾਣਾ। ਅਤੇ ਫਿਰ ਇਹ ਮਤਲਬ ਨਾ ਤੁਹਾਨੂੰ ਤੁਹਾਡੇ ਤੱਕ ਪਹੁੰਚ ਤਾਂ ਹੋਰ ਵੀ ਬਹੁਤ ਜਾਣਿਆਂ ਨੇ ਕੀਤੀ ਹੈਗੀ ਕਿ ਸਾਡੀ ਗਾਣਾ ਗਾਓ ਗਾਣਾ ਗਾਓ, ਬੀ ਪਰਾਗ ਰੁਕਿਆ ਹੋਇਆ ਸੀ? ਨਹੀਂ, ਮੈਂ ਹੁਣ ਦੇਖੋ ਬਾਲੀਵੁੱਡ 'ਚ ਹੁਣ ਕੀਤਾ ਮੈਂ ਇੱਕ ਗਾਣਾ, ਸੋ ਉਹ ਛੇਤੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਮੂਵੀ 'ਚ ਆ ਰਿਹਾ ਹੁਣ, ਅਤੇ ਆਯੁਸ਼ਮਾਨ ਖੁਰਾਨਾ ਔਰ ਸਾਨੀਆ ਮਲਹੋਤਰਾ, ਤੇ ਉਹਨਾਂ ਦੀ ਮੂਵੀ ਹੈ, ਬਟ ਹੁਣ ਇਹ ਮੈਨੂੰ ਟਾਈਟਲ ਹਲੇ ਰਿਵੀਲ ਨਹੀਂ ਕਰ ਸਕਦੇ, ਬਟ ਆ ਜਾਣਾ। ਅੱਛਾ ਅੱਛਾ, ਇੱਕ ਗੱਲ ਹੈ ਕਿ ਜਿਵੇਂ ਦੇ ਆਪਾਂ ਤੁਹਾਡੇ ਪ੍ਰੋਫੈਸ਼ਨ ਬਾਰੇ ਆਪਾਂ ਗਾਇਕੀ ਬਾਰੇ ਗੱਲਾਂ ਕਰ ਰਹੇ ਹਾਂ, ਕੁਦਰਤੀ ਗੱਲ ਹੈ ਮੈਨੂੰ ਲੱਗਦਾ ਕਿ ਤੁਹਾਡੀ ਫੈਮਿਲੀ ਵੱਲੋਂ ਇੱਕ ਸਾਲ ਦੇ 365 ਦਿਨਾਂ 'ਚ ਕੁਛ ਦਿਨ ਰਿਸੈਪਸ਼ਨ ਵਾਲੇ ਰਹਿੰਦੇ ਹੋਣਗੇ, ਕਾਕਾ ਇਹ ਦਿਨ ਨਾ ਕੁਛ ਨਹੀਂ ਕਰਨਾ ਹੈ, ਇਹ ਦਿਨ ਤੋਂ ਇੱਥੇ ਜਾਣਾ ਆਪਣੇ ਨਾਲ, ਪੂਰੀ ਫੈਮਿਲੀ ਲਈ ਦੇਣੇ ਹੈਗੇ ਦਿਨ, ਘੁੰਮਣ ਫਿਰਨ ਦੇ ਕੋਈ ਸਪੈਸ਼ਲ ਡੇਜ਼ ਹੁੰਦੇ ਆ? ਤੁਹਾਨੂੰ ਲੱਗਦਾ ਕਿ ਯਾਰ ਹੁਣ ਫੈਮਿਲੀ ਨੂੰ ਵੀ ਮਾੜਾ ਮਾੜਾ ਖੁਸ਼ ਕਰ ਦਈਏ, ਨਹੀਂ ਤਾਂ ਕੰਮ ਕੰਮਾਂ 'ਚ ਹੀ ਲੱਗੇ ਰਹੀਦਾ ਹੁੰਦਾ? ਇਹ ਤਾਂ ਦੇਖੋ ਹਲੇ ਤੱਕ ਤਾਂ ਇੱਦਾਂ ਦੀ ਸਿਚੁਏਸ਼ਨ ਆਈ ਨਹੀਂ ਨਾ, ਕਿਉਂਕਿ ਹਲੇ ਭਾਈ ਵਿਆਹ ਨਹੀਂ ਹੋਇਆ ਮੇਰਾ। ਨਹੀਂ ਪਰ ਫੈਮਿਲੀ ਦੇ ਨਾਲ ਤੁਸੀਂ ਬਾਹਰ ਥੋੜ੍ਹਾ ਆਪਣਾ ਸ਼ੌਕ ਘੁੰਮਣ ਦਾ ਹੋਵੇ। ਹਾਂ ਇੱਦਾਂ ਦੇ ਮੈਂ ਹੁਣ ਦੇਖੋ ਹੁਣ ਪਿਛਲੇ
ਚਾਰ ਪੰਜ ਮਹੀਨੇ ਹੋ ਗਏ ਸਾਨੂੰ ਕੰਮ ਕਰਦੇ ਨੂੰ। ਸੋ ਹੁਣ ਜਾਨੀ ਭਾਜੀ ਵੀ ਹੁਣ ਥੋੜ੍ਹੇ ਦਿਨ 'ਚ ਜਾਣ ਲੱਗੇ ਹੈ, ਸੋ ਫਿਰ ਸਾਡੇ 'ਚੋਂ ਕੋਈ ਵੀ ਜਦ ਜਾਂਦਾ ਤਾਂ ਫਿਰ, ਕਿਉਂਕਿ ਇੱਕ ਬੰਦੇ ਦਾ ਹੋਣਾ ਜ਼ਰੂਰੀ ਹੁੰਦਾ, ਫਿਰ ਯਾਦ ਤਾਂ ਅਸੀਂ ਦੋਨੋਂ ਜਾਂਦੇ ਹਾਂ, ਫਿਰ ਯਾਦ ਇੱਕ ਬੰਦਾ ਇੱਥੇ ਰਹਿੰਦਾ। ਹੁਣ ਬਸ ਟਾਈਮ ਆਉਣ ਵਾਲਾ ਦੋ ਚਾਰ ਦਿਨ 'ਚ ਹੀ ਆਪਾਂ ਨਿਕਲਣਾ, ਸੋ ਉਹਨਾਂ ਨੇ ਆਪਣਾ ਕਿਤੇ ਜਾਣਾ, ਮੈਂ ਕਿਤੇ ਆਪਣਾ ਜਾਣਾ। ਅੱਛਾ, ਫਿਰ ਉਸ ਤਰ੍ਹਾਂ ਪਲਾਨ ਬਣ ਜਾਂਦਾ ਕਿ ਚਲੋ ਦੋਨਾਂ ਦਾ ਬਣ ਜਾਏ, ਹੈ ਨਾ, ਉਹਦਾ ਉੱਧਰੋਂ ਬਣ ਜਾਵੇ, ਮੇਰਾ ਉੱਧਰੋਂ। ਅੱਛਾ, ਜਿਵੇਂ ਇੱਕ ਨਾ ਮੈਂ ਕਈ ਵਾਰੀ ਤੁਹਾਡੀ ਓਵਰਲੁੱਕ ਤੋਂ ਨਾ ਪਤਾ ਲੱਗ ਗਿਆ, ਤੁਹਾਡੀ ਪਿਕਸ ਦੇਖ ਕੇ ਪਤਾ ਲੱਗਦਾ ਯਾਰ ਬੰਦੇ ਨੂੰ ਸ਼ੌਕ ਕਿਹੜੀ ਕਿਹੜੀ ਚੀਜ਼ ਦਾ। ਤੁਹਾਡੇ ਗਲਾਸਿਸ ਦਾ ਤੁਹਾਨੂੰ ਬਹੁਤ ਸ਼ੌਕ ਹੈ, ਹੈ ਨਾ? ਬਹੁਤ ਜ਼ਿਆਦਾ। ਕਿੰਨੀਆਂ ਰੱਖੀਆਂ ਹੋਈਆਂ ਸਰ? ਹੈਗੀਆਂ 20-25 ਮੇਰੇ ਕੋਲ, ਕਲੈਕਸ਼ਨ ਹੈਗੀ ਆ। ਅੱਛਾ, ਤੇ ਤੁਹਾਨੂੰ ਜੁੱਤੀਆਂ ਦਾ ਵੀ ਬਹੁਤ ਸ਼ੌਕ ਹੈਗਾ ਕਿ ਮੇਰੇ ਡਿਜ਼ਾਈਨ ਸ਼ੂਜ਼ ਡਿਜ਼ਾਈਨਰ ਹੈ, ਸ਼ੂਜ਼ ਦੇ ਵੀ ਬਹੁਤ ਸ਼ੌਕ ਹੈ। ਕਿੰਨੇ ਜੁੜੇ ਹੋਣਗੇ ਸ਼ੂਜ਼ ਦੇ? ਤਾਂ ਹਲੇ ਘੱਟ ਨੇ। ਅੱਛਾ, ਹਾਂ, ਬਟ ਹੋ ਜਾਣੇ ਛੇਤੀ। ਜਵਾਬ ਦਿੱਤਾ ਨੀ ਉਹਦਾ, ਮੋੜ ਮੋੜ ਕਰਕੇ ਤੇ ਫਿਰ ਮੈਂ ਪਤਾ ਕਰਾ ਲਿਆ। ਮੈਂ ਬੀ ਪਰਾਗ ਨੂੰ ਪੁੱਛਿਆ, ਮੈਂ ਕਿਹਾ ਪਾਸਪੋਰਟ ਤੇ ਕੀ ਨਾਮ ਹੈ? ਬੀ ਪਰਾਗ ਕਹਿੰਦਾ ਮੈਂ ਦੱਸਣਾ ਨੀ ਹਜੇ। ਨਹੀਂ ਨਹੀਂ ਬਿਲਕੁਲ ਨੀ, ਪਤਾ ਫਿਰ ਮੈਂ ਕਰਾ ਲਿਆ। ਨਾਮ ਦੇ ਵਿੱਚ ਤਾਂ ਬੱਚੇ ਨੀ ਲੱਗਣਾ, ਉਹ ਤਾਂ ਕੁਦਰਤੀ ਗੱਲ ਹੈ। ਮੂਹਰੇ ਵਾਲਾ ਬਹੁਤ ਜ਼ਿਆਦਾ ਸੋਹਣਾ ਨਾਮ ਹੈ, ਕੋਈ ਟੈਨਸ਼ਨ ਨੀ। ਫਿਰ ਨਹੀਂ, ਬਟ ਦੱਸਣਾ ਹੀ ਨੀ ਆਪਾਂ ਕਦੀ ਵੀ ਨੀ, ਕਦੀ ਵੀ ਨੀ, ਨੈਵਰ। ਚਲੋ ਖੈਰ, ਗੁੱਡ ਹੈ। ਤੇ ਮਸਤਾਨੀ ਗਾਣੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਵੈਸੇ ਕੁਛ ਦਿਨਾਂ ਬਾਅਦ ਹੀ ਮਸਤਾਨੀ ਗਾਣਾ ਆ ਗਿਆ, ਇਸ ਤੋਂ ਪਹਿਲਾਂ ਹਜੇ ਹੱਥ ਚੁੰਮੇ ਦੀ ਖੁਮਾਰੀ ਉਤਰੀ ਨਹੀਂ ਸੀ ਹਜੇ ਲੋਕਾਂ ਨੂੰ, ਹੈ ਨਾ? ਤੇ ਮੈਂ ਚਾਹ ਰਿਹਾ ਸੀ ਜਾਂਦੇ ਜਾਂਦੇ ਇੱਕ ਵਾਰੀ ਹੱਥ ਚੁੰਮੇ ਦਾ ਸਥਾਈ ਤੰਤਰਾ ਹੋ ਜਾਏ, ਨਜ਼ਾਰਾ ਕੁਛ ਵੱਖਰਾ ਹੋਵੇ। ਜੀ ਭਾਈ, ਹੋ ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਐ ਮੇਰੇ, ਉਹਨੇ ਮੱਥਾ ਚੁੰਮਿਆ ਪਹਿਲਾਂ ਆ ਹੱਥ ਚੁੰਮੇ ਤੇਰੇ, ਉਧਰ ਬੁੱਲਾਂ ਦੀ ਤਾਰੀਫ ਪੱਕਾ ਕੀਤੀ ਹੋਣੀ ਹੈ, ਉਧਰ ਜਿਸਮ ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਹੈ, ਹਾਏ ਕੁਝ ਤਾਂ ਹੋਇਆ ਏ, ਦੋਵਾਂ ਦੇ ਦੱਸ ਦੇ ਚਿਹਰੇ, ਉਹਨੇ ਮੱਥਾ ਚੁੰਮਿਆ ਪਹਿਲਾਂ ਆ ਹੱਥ ਚੁੰਮੇ ਤੇਰੇ, ਉਹ ਜਾਨੀ ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ, ਵੈਸੇ ਵਾਲਾ ਤਾਂ ਹੋਣਾ ਪਰ ਸ਼ਾਇਰ ਨਹੀਂ ਹੋਣਾ, ਉਹਦੇ ਨਾਲ ਲੈ ਲਈ ਤੂੰ ਮੈਂ ਮੌਤ ਨਾ ਲੈ ਲੂੰ ਫੇਰੇ, ਉਹਨੇ ਮੱਥਾ ਚੁੰਮਿਆ ਪਹਿਲਾਂ ਆ ਹੱਥ ਚੁੰਮੇ ਤੇਰੇ। ਬਿਹਤਰੀਨ ਬਿਹਤਰੀਨ। ਅੱਛਾ ਬੀਪਰਾ ਭਾਈ, ਲਾਸਟ ਫਿਲਮ ਕਿਹੜੀ ਦੇਖੀ ਤੁਸੀਂ? ਸਰ ਮੈਂ ਲਾਸਟ ਫਿਲਮ ਕਿਹੜੀ ਦੇਖਿਆ? ਸੰਜੂ। ਆਏ ਹਾਏ, ਕੈਸੀ ਲੱਗੀ? ਬਹੁਤ ਕਮਾਲ, ਬਹੁਤ ਵਧੀਆ। ਕਿਹੜਾ, ਜੇ ਮੈਂ ਪੂਰੀ ਫਿਲਮ 'ਚ ਪੁੱਛਾਂ ਕਿਹੜਾ ਸੀਨ ਐਸਾ ਲੱਗਾ ਜਿਹੜਾ ਤੁਹਾਨੂੰ ਹੈਰਾਨ ਹੀ ਕਰ, ਓਏ ਹੋ ਯਾਰ ਕਿਆ? ਸਰ ਹੈਰਾਨ ਵਾਲੀ ਮੈਂ, ਇਮੋਸ਼ਨਲ ਹੈਗੀ ਆ ਮੂਵੀ, ਹੈ ਨਾ? ਮੈਨੂੰ ਜਦ ਉਹ ਗਾਣਾ ਆਉਂਦਾ ਨਾ, ਕਰ ਹਰ ਮੈਦਾਨ ਫਤਿਹ, ਹਾਂ, ਜੋ ਮੋਟੀਵੇਟ ਕਰਦਾ, ਯੈਸ, ਉਸ ਬੰਦੇ ਨੂੰ ਵੀ ਔਰ ਸਾਰਿਆਂ ਨੂੰ, ਹਾਂ, ਪਰ ਜੋ ਬੇਸਿਕਲੀ ਉਹਨੂੰ ਉਹ 'ਚ ਦਿਖਾਇਆ, ਜੋ ਕਿ ਉਹਨੂੰ ਮੋਟੀਵੇਟ ਕੀਤਾ, ਹੈ ਨਾ ਸੰਜੂ ਨੂੰ, ਕਿ ਉਹ ਇੰਨਾ ਕੁ ਜ਼ਿਆਦਾ ਕਿ ਉਹਨੇ ਸਾਰੇ ਡਰੱਗਸ ਆਪਣੇ ਛੱਡ ਤੇ, ਹੈ ਨਾ, ਉਹ ਬਹੁਤ ਜ਼ਿਆਦਾ ਇਮੋਸ਼ਨਲ ਸੀਨ ਸੀਗਾ। ਐਂਡ ਦੈਟ ਉਹ ਵਾਲਾ ਵੀ, ਜਦ ਉਹਦੀ ਮਦਰ ਉਸ ਤੋਂ ਛੁਪਾ ਰਹੀ ਹੁੰਦੀ ਆ, ਚਲੋ ਗੁੱਡ ਹੈ ਭਾਜੀ। ਹੁਣ ਮਸਤਾਨੀ ਤੋਂ ਕਿੰਨੇ ਦਿਨਾਂ ਬਾਅਦ ਅਗਲੇ ਗਾਣੇ ਦੀ ਅਸੀਂ, ਜੇ ਅੱਜ ਤੁਸੀਂ ਮਾੜਾ ਮਾੜਾ ਦੱਸ ਹੀ ਦਿਓ, ਅਗਲੇ ਕਿੰਨੇ ਦਿਨਾਂ ਬਾਅਦ ਫਿਰ ਅਗਲੇ ਗਾਣੇ ਵੱਲ ਪੂਰਾ ਧਿਆਨ ਹੋ ਜਾਊਗਾ, ਮਤਲਬ ਸਭ ਦੇ ਲੋਕਾਂ ਦੇ? ਅਕਤੂਬਰ, ਅਕਤੂਬਰ 'ਚ ਆਊਗਾ ਅਗਲਾ ਗਾਣਾ, ਹੁਣ ਅਕਤੂਬਰ 'ਚ। ਕਿਆ ਬਾਤ ਹੈ! ਚਲੋ ਬੀ ਪਰਾਗ ਭਾਜੀ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਵਾਹਿਗੁਰੂ ਦੀਆਂ ਮਿਹਰਾਂ ਤੁਹਾਡੇ ਅਲਫਾਜ਼ਾਂ ਤੇ, ਤੁਹਾਡੇ ਗਲੇ ਤੇ, ਤੁਹਾਡੇ ਜ਼ਹਿਨ 'ਚ, ਤੁਹਾਡੀ ਮਿਹਨਤ ਤੇ, ਤੁਹਾਡੀ ਲਗਨ ਤੇ ਹਮੇਸ਼ਾ। ਥੈਂਕ ਯੂ ਵੈਰੀ ਮਚ, ਥੈਂਕ ਯੂ। ਬਿਹਤਰੀਨ ਗਾਣਿਆਂ ਲਈ ਸੁਣਦੇ ਰਹੋ ਜੀ ਮਾਇਆ ਐਫ ਐਮ, ਜੀਓ ਦਿਲ ਸੇ।